ਜੀ ਗੱਲ ਪੰਜਾਂ ਪਾਣੀਆਂ ਦੀ, ਅਤੇ ਮੈਂ ਬਠਿੰਡਾ ਸਟੂਡੀਓ ਤੋਂ ਪ੍ਰਦੀਪ ਢਿੱਲੋਂ ਇਸ ਵਕਤ ਤੁਹਾਡੇ ਨਾਲ ਜੁੜਿਆ ਹੋਇਆ। ਸੋ ਜਿਵੇਂ ਕਿ ਅੱਜ ਅਸੀਂ ਵਾਅਦਾ ਕੀਤਾ ਸੀ ਤੁਹਾਡੇ ਨਾਲ, ਅਤੇ ਅਸੀਂ ਆਪਣੇ ਵਾਅਦੇ ਤੋਂ ਬਿਲਕੁਲ ਨਹੀਂ ਮੁੱਕਰਦੇ। ਸੋ ਵਾਅਦਾ ਤੁਹਾਡੇ ਨਾਲ ਕੀਤਾ ਸੀ ਇੱਕ ਖਾਸ ਸ਼ਖਸੀਅਤ ਦੇ ਨਾਲ ਇੱਕ ਖਾਸ ਮੁਲਾਕਾਤ ਤੁਹਾਡੇ ਰੂਬਰੂ ਕਰਨ ਦਾ। ਸੋ ਉਹ ਵੇਲਾ ਆ ਚੁੱਕਿਆ ਜੀ, ਸਾਡੇ ਨਾਲ ਇੱਕ ਖਾਸ ਸ਼ਖਸੀਅਤ ਇਸ ਸਮੇਂ ਮੌਜੂਦ ਹੈ, ਅਤੇ ਆਪਾਂ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ। ਸਭ ਤੋਂ ਪਹਿਲਾਂ ਮੈਂ ਉਹਨਾਂ ਨੂੰ ਤੁਹਾਨੂੰ ਦੱਸ ਦੇਵਾਂ ਕਿ ਹੁਣੇ ਹੁਣੇ ਰਿਲੀਜ਼ ਹੋਈ ਫਿਲਮ ਹਰਜੀਤਾ ਦੇ ਵਿੱਚ ਹਰਜੀਤਾ ਦੀ ਮਦਰ ਦੀ ਮਾਤਾ ਦੀ ਜਿਹੜਾ ਰੋਲ ਕਰਨ ਵਾਲੀ ਗੁਰਪ੍ਰੀਤ ਕੌਰ ਪੰਗੂ, ਜਿਨ੍ਹਾਂ ਨੂੰ ਤੁਸੀਂ ਅਕਸਰ ਪੰਜਾਬੀ ਫਿਲਮਾਂ ਦੇ ਵਿੱਚ ਬੜੇ ਵੱਖ ਵੱਖ ਰੋਲ ਦੇ ਵਿੱਚ ਦੇਖਿਆ, ਸੋ ਅੱਜ ਉਹਨਾਂ ਦੇ ਨਾਲ ਇੱਕ ਖਾਸ ਮੁਲਾਕਾਤ ਆਪਾਂ ਕਰਦੇ ਹਾਂ। ਇਸ ਵਕਤ ਸਾਡੇ ਨਾਲ ਜੁੜੇ ਹੋਏ ਨੇ ਗੁਰਪ੍ਰੀਤ ਕੌਰ ਪੰਗੂ ਜੀ। ਸਤਿ ਸ਼੍ਰੀ ਅਕਾਲ ਜੀ ਪੰਗੂ ਮੈਡਮ। ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ ਮੇਰੇ ਵੱਲੋਂ ਸਾਰੇ ਸਰੋਤਿਆਂ ਨੂੰ, ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ ਜੀ। ਸਭ ਤੋਂ ਪਹਿਲਾਂ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਪ੍ਰੋਗਰਾਮ ਦੇ ਵਿੱਚ ਜੀ। ਥੈਂਕ ਯੂ ਜੀ, ਥੈਂਕ ਯੂ। ਸੋ ਜੇਕਰ ਗੱਲਬਾਤ ਦੀ ਸ਼ੁਰੂਆਤ ਕਰੀਏ ਤਾਂ ਗੁਰਪ੍ਰੀਤ ਜੀ, ਕਿਉਂਕਿ ਤੁਸੀਂ ਲੰਬੇ ਸਮੇਂ ਤੋਂ ਪੰਜਾਬੀ ਫਿਲਮਾਂ ਦੇ ਵਿੱਚ ਕੰਮ ਕਰਦੇ ਆ ਰਹੇ ਹੋ, ਅਤੇ ਅਸੀਂ ਤੁਹਾਨੂੰ ਦੇਖਦੇ ਆਉਂਦੇ ਹਾਂ ਵੱਖ ਵੱਖ ਕਰੈਕਟਰ ਵੱਖ ਵੱਖ ਰੋਲ ਦੇ ਵਿੱਚ ਤੁਹਾਨੂੰ ਦੇਖਿਆ। ਹਾਂਜੀ ਹਾਂਜੀ। ਅੱਜ ਤੁਹਾਡੀ ਇੱਕ ਹੋਰ ਫਿਲਮ ਹੈ ਜਿਹੜੀ ਹਰਜੀਤਾ ਸਿਨੇਮਿਆਂ ਦਾ ਸ਼ਿੰਗਾਰ ਬਣੀ ਹੋਈ ਹੈ, ਔਰ ਸਭ ਤੋਂ ਪਹਿਲਾਂ ਤਾਂ ਮੈਂ ਤੁਹਾਨੂੰ ਵਧਾਈ ਪੇਸ਼ ਕਰਦਾ ਕਿ ਬੜੀ ਸਫਲਤਾ ਦੇ ਨਾਲ ਫਿਲਮ ਚੱਲ ਰਹੀ ਹੈ ਔਰ ਬਾ ਕਮਾਲ ਫਿਲਮ ਬਣੀ ਹੈ ਜੀ। ਥੈਂਕ ਯੂ ਜੀ, ਥੈਂਕ ਯੂ। ਇਹਦਾ ਸਾਰਾ ਸਾਰਾ ਸਾਡੇ ਡਾਇਰੈਕਟਰ, ਸਾਡੇ ਰਾਈਟਰ, ਸਾਡੀ ਪੂਰੀ ਟੀਮ ਨੂੰ ਜਾਂਦਾ ਜੀ। ਬਿਲਕੁਲ ਗੁਰਪ੍ਰੀਤ ਜੀ, ਜੇਕਰ ਗੱਲ ਕਰੀਏ ਇਸ ਲੰਬੇ ਸਫ਼ਰ ਦੀ ਤਾਂ ਤੁਹਾਨੂੰ ਅੱਜ ਤੁਸੀਂ ਪੰਜਾਬੀ ਫਿਲਮਾਂ ਦੇ ਇਸ ਸਫ਼ਰ ਨੂੰ ਕਿਸ ਮੁਕਾਮ ਦੇ ਉੱਪਰ ਦੇਖਦੇ ਹੋ, ਕਿਉਂਕਿ ਅੱਜ ਹਰਜੀਤਾ ਤੱਕ ਦੇਖੀਏ ਤੁਹਾਡਾ ਇਹ ਸਫ਼ਰ ਫਿਲਮਾਂ ਦਾ, ਤਾਂ ਇਸ ਆਪਣੇ ਸਫ਼ਰ ਨੂੰ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ? ਮੈਨੂੰ ਬਹੁਤ ਖੁਸ਼ੀ ਹੋ ਰਹੀ ਹੈ ਇਹ ਦੱਸਣ ਵਿੱਚ ਕਿ ਹੁਣ ਜਿਹੜਾ ਪੰਜਾਬੀ ਸਿਨੇਮਾ ਇਹ ਬਹੁਤ ਗਰੋ ਕੀਤਾ, ਕਿਉਂਕਿ ਹੁਣ ਜਿਹੜਾ ਹਿੰਦੀ ਸਿਨੇਮੇ ਵਾਲੇ ਹੈ ਉਹ ਵੀ ਸਾਡੇ ਪੰਜਾਬੀ ਆਰਟਿਸਟ ਹੈ ਜਿਹੜੇ ਉਹਨਾਂ ਨੂੰ ਲੈਣਾ ਪਸੰਦ ਇਸੇ ਕਰਕੇ ਕਰ ਰਹੇ ਹੈ ਕਿ ਪੰਜਾਬੀ ਜਿਹੜਾ ਸਿਨੇਮਾ ਉਹ ਉਹਨਾਂ ਦੇ ਬਰਾਬਰ ਖੜਦਾ ਜਾ ਰਿਹਾ। ਠੀਕ ਹੈ, ਕੁਛ ਅਜੇ ਹੈ ਦਿੱਕਤਾਂ, ਪਰ ਬਹੁਤ ਪ੍ਰੋਗਰੈਸ ਕੀਤੀ ਹੈ ਪੰਜਾਬੀ ਸਿਨੇਮੇ ਨੇ, ਇਹ ਸਾਨੂੰ ਬੜੇ ਮਾਣ ਵਾਲੀ ਗੱਲ ਹੈ ਸਾਰੇ ਪੰਜਾਬੀਆਂ ਨੂੰ ਜੀ। ਬਿਲਕੁਲ, ਜੇਕਰ ਇਸ ਫਿਲਮ ਦੀ ਗੱਲ ਕਰੀਏ ਤਾਂ ਤੁਸੀਂ ਇੱਕ ਜਿਹੜਾ ਇੱਕ ਖਿਡਾਰੀ, ਇੱਕ ਪਲੇਅਰ ਦੀ ਮਾਂ ਦਾ ਰੋਲ ਕੀਤਾ, ਇੱਕ ਮਦਰ ਦਾ ਰੋਲ ਕੀਤਾ ਤੁਸੀਂ, ਕਿਉਂਕਿ ਮੈਂ ਸੁਣਿਆ ਕਿ ਤੁਸੀਂ ਆਪ ਵੀ ਇੱਕ ਸਪੋਰਟਸ ਦੇ ਵਿੱਚ ਰਹੇ ਹੋ, ਐਥਲੀਟ ਰਹੇ ਹੋ, ਤੁਸੀਂ BPED ਵੀ ਕੀਤੀ ਹੋਈ ਹੈ, ਸੋ ਇੱਕ ਖਿਡਾਰੀ ਦੀ ਮਾਂ ਦਾ ਰੋਲ ਕਰਨਾ ਤੁਹਾਨੂੰ ਕਿੱਦਾਂ ਦਾ ਲੱਗਿਆ, ਐਕਸਪੀਰੀਅੰਸ ਕਿੱਦਾਂ ਰਿਹਾ ਜੀ? ਇਹ ਤਾਂ ਮੈਨੂੰ ਬਹੁਤ ਹੀ ਵਧੀਆ ਲੱਗਿਆ, ਆਈ ਫੀਲ ਪ੍ਰਾਊਡ ਕਿ ਮੈਂ ਹਰਜੀਤੇ ਦੀ ਮਦਰ ਦਾ ਕਰੈਕਟਰ ਕਰਿਆ ਜੀ। ਗੱਲ ਇਹ ਨੀ ਕਿ ਖਿਡਾਰੀ ਬਹੁਤ ਸਾਰੇ ਨੇ ਜਿਹੜੇ ਬਹੁਤ ਸਹੂਲਤਾਂ ਲੈ ਕੇ ਅੱਗੇ ਵਧੇ ਨੇ, ਪਰ ਮੈਂ ਉਸ ਖਿਡਾਰੀ ਦੀ ਮਾਂ ਦਾ ਕਰੈਕਟਰ ਕੀਤਾ ਜਿਹੜਾ ਬੜੀਆਂ ਤੰਗੀਆਂ ਤੁਰਸ਼ੀਆਂ ਚੋਂ ਨਿਕਲਦਾ ਹੋਇਆ ਆਪਣੇ ਸੰਘਰਸ਼ਮਈ ਜੀਵਨ ਚੋਂ ਛੋਟੀ ਉਮਰ ਦੇ ਵਿੱਚ ਸਾਡੇ ਦੇਸ਼ ਦਾ ਜਿਹੜਾ ਉਹ ਮਾਣ ਉਹਨੇ ਵਧਾਇਆ, ਤੇ ਮੈਂ ਬਹੁਤ ਹੀ ਪ੍ਰਾਊਡ ਫੀਲ ਕਰਦੀ ਹਾਂ ਕਿਉਂਕਿ ਇਹ ਹਰਜੀਤੇ ਦੀ ਬਾਇਓਪਿਕ ਹੈ, ਇਹ ਗੇਮ ਨਾਲੋਂ ਵੱਧ ਉਹਦੀ ਜ਼ਿੰਦਗੀ ਤੇ ਆਧਾਰਿਤ ਹੈ ਕਿ ਕਿਵੇਂ ਉਹ ਇਹਨਾਂ ਤੰਗੀਆਂ ਤੁਰਸ਼ੀਆਂ ਚੋਂ ਨਿਕਲਦਾ ਹੋਇਆ ਆਪਣੇ ਨਿਸ਼ਾਨੇ ਵੱਲ ਅੱਗੇ ਵਧਿਆ, ਤੇ ਇਹਦੇ ਵਿੱਚ ਉਹ ਬਹੁਤ ਹੀ ਚੰਗਾ ਲੱਗਿਆ ਕਿ ਉਹਨੇ ਆਪਣਾ ਨਿਸ਼ਾਨਾ ਵਿਖਿਆ, ਜਿਹੜੀਆਂ ਉਹਦੀਆਂ ਤੰਗੀਆਂ ਤੁਰਸ਼ੀਆਂ ਸੀ ਉਹ 2 ਨੰਬਰ ਤੇ ਰਹੀਆਂ, ਤੇ ਜਿਹੜਾ ਉਹਦਾ ਨਿਸ਼ਾਨਾ ਸੀ ਉਹ 1 ਨੰਬਰ ਤੇ। ਆਈ ਫੀਲ ਪ੍ਰਾਊਡ ਜੀ। ਬਿਲਕੁਲ, ਕਿਉਂਕਿ ਜਿਹੜੇ ਹਾਲਾਤ ਹੈ ਫਿਲਮ ਦੇਖਣ ਤੋਂ ਬਾਅਦ ਪਤਾ ਲੱਗਦਾ, ਕਿਉਂਕਿ ਇੱਕ
ਕਿਉਂਕਿ ਤੁਹਾਡੇ ਜਿਹੜੇ ਪਿਛਲੇ ਰੋਲ ਹੈ ਕਾਫੀ ਅਸੀਂ ਦੇਖੇ ਹੈ, ਤੁਸੀਂ ਇੱਕ ਨੈਗੇਟਿਵ ਸ਼ੇਡ ਵਾਲੇ ਰੋਲ ਕਾਫੀ ਕੀਤੇ ਆ, ਜਿਹਦੇ 'ਚ ਇੱਕ ਗੁਸੈਲ ਅਤੇ ਭੈੜੀ ਔਰਤ ਵਜੋਂ ਜਾਣੀ ਉਹ ਦੇਖੇ ਜਾਂਦਾ ਰੋਲ, ਅਤੇ ਉਸ ਤੋਂ ਬਾਅਦ ਇੱਕ ਇਹੋ ਜਿਹੀ ਮਦਰ ਦਾ ਕਿਰਦਾਰ ਕਰਨਾ, ਇੱਕ ਬੜਾ ਇਮੋਸ਼ਨਲ ਕਿਰਦਾਰ ਕਰਨਾ, ਸੋ ਇੱਕ ਆਪਣੇ ਆਪ ਨੂੰ ਇਸ ਰੋਲ ਦੇ ਵਿੱਚ ਢਾਲਣ ਲਈ ਤੁਹਾਨੂੰ ਕਿੱਦਾਂ ਦਾ ਸੰਘਰਸ਼ ਕਰਨਾ ਪਿਆ, ਕਿੰਨਾ ਕੁ ਤੁਹਾਨੂੰ ਮਿਹਨਤ ਕਰਨੀ ਪਈ ਇਸ ਰੋਲ ਲਈ? ਮੈਨੂੰ ਇੱਥੇ ਇਹ ਲੱਗਦਾ ਜੀ ਕਿ ਮੈਂ ਇਹ ਜਿਹੜਾ ਰੋਲ ਕੀਤਾ ਹੈ, ਪਹਿਲਾਂ ਜਿਹੜਾ ਮੈਂ ਆਪਦੇ ਉਸ ਛੋਟੇ ਜਿਹੇ ਬੱਚੇ ਨੂੰ ਗੁੱਸੇ ਹੋ ਰਹੀ ਹਾਂ, ਉਹਦੇ ਵਿੱਚ ਵੀ ਮਾਂ ਦੀ ਜਿਹੜੀ ਤੜਫਣਾ ਹੈ ਉਹ ਇਹ ਹੈ ਕਿ ਆਪਣਾ ਪਰਿਵਾਰ ਹੈ ਜਿਹੜਾ ਉਹ ਬੜੀ ਗਰੀਬੀ ਚੋਂ ਲੰਘ ਰਿਹਾ ਹੈ, ਆਪਾਂ ਇਹ ਸਹੂਲਤਾਂ ਨਹੀਂ ਲੈ ਸਕਦੇ ਕਿ ਤੈਨੂੰ ਇੱਕ ਬਹੁਤ ਵਧੀਆ ਤੂੰ ਰਬੜ ਦੀ ਨਿੱਕਰ ਕਹਿਣਾ ਇਹ ਕਹਿਣਾ, ਕਿਉਂਕਿ ਆਪਾਂ ਨੂੰ ਅੱਜ ਫਿਕਰ ਤਾਂ ਰੋਟੀ ਦਾ, ਅੱਜ ਆਪਾਂ ਨੂੰ ਫਿਕਰ ਤਾਂ ਘਰ ਦੀ ਗਰੀਬੀ ਦਾ, ਉਹਦੇ ਵਿੱਚੋਂ ਨਿਕਲ ਨਾ ਕਹਿੰਦਾ ਉਹਦੇ ਅੰਦਰ ਦਾ ਆਰਟਿਸਟ ਹੈ ਜਿਹੜਾ ਉਹ ਨਿਕਲ ਕੇ ਆਉਂਦਾ, ਜੋ ਮਹਿਸੂਸ ਕਰਦੀ ਹੈ ਕਿ ਉਹਦਾ ਇੱਕ ਮਾਂ ਦਾ ਦਿਲ ਵੀ ਹੈ, ਉਹਦਾ ਮਾਂ ਦਾ ਦਿਲ ਵੀ ਹੈ ਜਿਹੜਾ ਉਹ ਗੁੱਸੇ ਵੀ ਹੋ ਰਹੀ ਹੈ, ਜਾਂ ਉਹਦੇ ਹਾਲਾਤ ਨੇ ਉਹਦੇ ਹਾਲਾਤਾਂ ਨੇ ਉਹਨੂੰ ਇਹ ਕੀਤਾ, ਪਰ ਉਹਦੇ ਅੰਦਰ ਦੀ ਜਿਹੜੀ ਪੀੜ ਹੈ ਉਹਦੇ ਚਿਹਰੇ ਤੇ ਆ ਜਾਂਦੀ ਹੈ ਜਦੋਂ ਉਹ ਇਮੋਸ਼ਨਲ ਹੁੰਦੀ ਹੈ, ਇੱਥੋਂ ਤੱਕ ਕਿ ਤੁਸੀਂ ਦੇਖੀਓ ਮਤਲਬ ਜਦੋਂ ਉਹਨੂੰ ਮਾਰਦੀ ਵੀ ਹੈ ਤੇ ਬੜਾ ਉਹਦੇ ਅੰਦਰ ਦੀ ਪੀੜ ਹੈ, ਉਹ ਇਹ ਕਹਿ ਰਹੀ ਹੈ ਵੀ ਫਿਰ ਤੇਰੇ ਸੱਟ ਤਾਂ ਨੀ ਜਾਵੇ ਲੱਗੀ, ਜਾਂ ਦੂਜੇ ਨੂੰ ਕਹਿੰਦੀ ਹੈ ਤੂੰ ਦੇਖ ਤਾਂ ਸਹੀ ਤੈਨੂੰ ਪਾਣੀ ਦਾ ਘੁੱਟ ਦੇ ਦੇ, ਹਾਂ ਉਹ ਮਾਂ ਦਾ ਦਰਦ ਹੈ, ਕਿਉਂਕਿ ਕੋਈ ਵੀ ਮਾਂ ਜਿੰਨੀ ਮਰਜ਼ੀ ਗੁਸੈਲ ਹੋਵੇ ਉਹ ਆਪਦੇ ਬੱਚਿਆਂ ਲਈ ਜਾਂ ਉਹਦੇ ਜਿਹੜੇ ਹਾਲਾਤ ਹੈ ਉਹਨੂੰ ਉਹ ਬਣਾਉਂਦੇ ਨੇ। ਬਾਕੀ ਜਿੱਥੋਂ ਤੱਕ ਤੁਸੀਂ ਮੈਨੂੰ ਨੈਗੇਟਿਵ ਕਰੈਕਟਰ ਦਾ ਸਵਾਲ ਕੀਤਾ, ਇੱਕ ਕਰੈਕਟਰ ਹੁੰਦਾ ਆਰਟਿਸਟ ਨੂੰ ਹਰ ਤਰ੍ਹਾਂ ਦਾ ਕਰੈਕਟਰ ਮੈਂ ਕਹਿੰਦੀ ਹਾਂ ਨਿਭਾਉਣਾ ਚਾਹੀਦਾ ਤੇ ਨਿਭਾਉਣਾ ਪੈਂਦਾ ਵੀ ਹੈ, ਉਹਨੂੰ ਮੈਨੂੰ ਇਹ ਲੱਗਦਾ ਵੀ ਮੈਂ ਗੁਰਪ੍ਰੀਤ ਕੌਰ ਭੰਗੂ ਤੋਂ ਨਾ ਹੋ ਕੇ ਮੈਂ ਆਪਦਾ ਕਰੈਕਟਰ ਕਰ ਰਹੀ ਹੁੰਦੀ ਹਾਂ, ਇਹ ਫੀਲਿੰਗ ਜ਼ਰੂਰ ਆਉਂਦੀ ਹੈ ਕਿ ਹੁਣ ਮੈਂ ਗੁਰਪ੍ਰੀਤ ਨਹੀਂ ਉਹ ਮੈਂ ਇੱਥੇ ਜਿਵੇਂ ਮੈਂ ਹਰਜੀਤ ਦੀ ਮਾਂ ਹੈ, ਜੀ 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 ਇਸ ਤਰੀਕੇ ਨਾਲ ਫੀਲ ਹੁੰਦਾ। ਬਾਕੀ ਪੋਜ਼ਿਟਿਵ ਕਰੈਕਟਰ ਵੀ ਬਹੁਤ ਕੀਤੇ ਨੇ, ਜਿਵੇਂ ਪੰਜਾਬ 2016 ਦੇ ਵਿੱਚ ਉਹ ਬੱਚਾ ਜਿਹੜਾ ਨਸ਼ਾ ਚ ਪੈ ਜਾਂਦਾ ਜਾਂ ਮਿੱਟੀ ਫਿਲਮ ਚੱਕ ਕੇ ਦੇਖੋ, ਇਹ ਤਾਂ ਇੱਕ ਕਰੈਕਟਰ ਨੇ ਵੱਖ ਵੱਖ, ਕਿਉਂਕਿ ਸਾਡੇ ਸਮਾਜ ਦੇ ਵਿੱਚ ਜਿਹੜੀਆਂ ਮਾਵਾਂ ਸਾਰਾ ਕੁਛ ਅੱਜ ਹੰਢਾ ਰਹੀਆਂ ਨੇ ਗਰੀਬ ਘਰਾਂ ਦੀਆਂ ਮਾਵਾਂ। ਜੀ ਬਿਲਕੁਲ, ਇੱਕ ਜੇਕਰ ਗੱਲ ਕਰੀਏ ਪੰਜਾਬੀ ਸਿਨੇਮਾ ਦੀ ਤਾਂ ਗੁਰਪ੍ਰੀਤ ਜੀ ਤੁਸੀਂ ਪੰਜਾਬੀ ਸਿਨੇਮਾ ਨੂੰ ਆਪਣੀਆਂ ਅੱਖਾਂ ਦੇ ਸਾਹਮਣੇ ਵੱਧਦੇ ਫੁੱਲਦੇ ਦੇਖਿਆ, ਅੱਜ ਉਹ ਸਮਾਂ ਆ ਚੁੱਕਿਆ ਜਦੋਂ ਪੰਜਾਬੀ ਸਿਨੇਮਾ ਦੇ ਵਿੱਚ ਵੀ ਕਰੈਕਟਰ ਬੇਸਡ ਜਿਹੜੇ ਰੋਲ ਹੈ, ਕਿਉਂਕਿ ਪਹਿਲਾਂ ਇੱਕ ਹੀਰੋ ਬੇਸਡ ਰੋਲ ਹੁੰਦੇ ਸੀ ਅਤੇ ਅੱਜ ਕੱਲ੍ਹ ਕਰੈਕਟਰ ਬੇਸਡ ਜਿਹੜੀਆਂ ਫਿਲਮਾਂ ਕਰੈਕਟਰ ਬੇਸਡ ਰੋਲ ਹੈ ਉਹ ਜ਼ਿਆਦਾ ਸਾਹਮਣੇ ਆ ਰਹੇ ਆ, ਪੰਜਾਬੀ ਫਿਲਮਾਂ ਵੀ ਬਾਇਓਪਿਕ ਫਿਲਮਾਂ ਬਣਨ ਲੱਗ ਗਈਆਂ, ਕਰੈਕਟਰ ਫਿਲਮਾਂ ਬਣਨ ਲੱਗ ਗਈਆਂ, ਸੋ ਇਸ ਚੀਜ਼ ਨਾਲ ਤੁਸੀਂ ਕਿੰਨਾ ਕੁ ਫਰਕ ਦੇਖਦੇ ਆ ਪਹਿਲਾਂ ਵਾਲੀਆਂ ਫਿਲਮਾਂ ਨਾਲੋਂ ਜਦੋਂ ਬਾਇਓਪਿਕ ਫਿਲਮ ਕਰਨੀ ਹੈ ਜਾਂ ਕਰੈਕਟਰ ਫਿਲਮਾਂ ਕਰਨੀਆਂ, ਤੁਹਾਨੂੰ ਇਹ ਕਿੱਦਾਂ ਦਾ ਨਜ਼ਰ ਆਉਂਦਾ? ਇਹ ਬਹੁਤ ਹੀ ਖੁਸ਼ੀ ਦੀ ਗੱਲ ਹੈ ਕਿ ਜਿਵੇਂ ਇਹ ਬਾਇਓਪਿਕ ਬਣੀ ਹੈ ਹਰਜੀਤ ਦੀ ਜਾਂ ਪਹਿਲਾਂ ਸਰਦਾਰ ਬਰਖਾ ਸਿੰਘ ਦੀ ਬਣੀ ਸੀ, ਇਹ ਸਾਡੇ ਲਈ ਬਹੁਤ ਹੀ ਮਾਣ ਵਾਲੀ ਗੱਲ ਹੈ, ਖਾਸ ਕਰਕੇ ਸਾਡੇ ਯੂਥ ਲਈ, ਕਿਉਂਕਿ ਉਹਨਾਂ ਨੂੰ ਬਹੁਤ ਕੁਝ ਸਿੱਖਣ ਨੂੰ ਮਿਲਦਾ। ਕਈ ਵਾਰੀ ਯੂਥ ਬਹੁਤ ਨਿਰਾਸ਼ ਹੋ ਜਾਂਦਾ ਕਿ ਮੇਰੇ ਹਾਲਾਤ ਚੰਗੇ ਨੀ, ਮੇਰੇ ਘਰ ਦੀ ਹਾਲਤ ਚੰਗੀ ਨੀ, ਸਾਡਾ ਆਲਾ ਦੁਆਲਾ ਚੰਗਾ ਨੀ, ਪਰ ਜਿਹੜੇ ਲੋਕਾਂ ਨੇ ਆਪਣੇ ਨਿਸ਼ਾਨੇ ਵਿੱਚ ਹੁੰਦੇ ਨੇ ਉਹ ਇਹਨਾਂ ਤੰਗੀਆਂ ਤੁਰਸ਼ੀਆਂ ਨੂੰ ਜਾਂ ਇਹਨਾਂ ਹਾਲਾਤਾਂ ਨੂੰ ਨਿਤਾੜਦੇ ਹੋਏ ਆਪਣੇ ਨਿਸ਼ਾਨੇ ਵੱਲ ਜਦ ਅੱਗੇ ਵੱਧਦੇ ਹੈ, ਇਹ ਸਾਡੇ ਸਮਾਜ ਲਈ ਬਹੁਤ ਹੀ ਵਧੀਆ ਗੱਲ ਹੈ। ਇਹੋ ਜਿਹੀਆਂ ਫਿਲਮਾਂ ਮੈਂ ਕਹਿੰਦੀ ਹਾਂ ਬਣਨੀਆਂ ਚਾਹੀਦੀਆਂ ਨੇ ਤਾਂ ਕਿ ਅਸੀਂ ਆਪਣੇ ਯੂਥ ਨੂੰ ਕੋਈ ਸੁਨੇਹਾ ਦੇ ਸਕੀਏ। ਜੀ ਤੇ ਹੁਣ ਆਪਾਂ ਆਉਂਦੇ ਹਾਂ ਹਰਜੀਤਾ ਵੱਲ, ਜੇਕਰ ਹਰਜੀਤਾ ਦੀ ਗੱਲ ਕਰੀਏ ਤਾਂ ਬਿਲਕੁਲ ਇਹ ਤਾਂ ਸਪਸ਼ਟ ਹੈ ਕਿ ਹਰਜੀਤਾ ਦੀ ਕਹਾਣੀ ਹੈ ਜਿਹੜੀ ਇੱਕ ਜਿਹੜਾ ਇੱਕ ਖਿਡਾਰੀ ਤੋਂ ਪ੍ਰੇਰਿਤ ਉਸ ਦੀ ਬਾਇਓਪਿਕ ਦੀ ਕਹਾਣੀ, ਬਾਇਓਪਿਕ ਕਿਹਾ ਜਾ ਸਕਦਾ,
ਸੋ ਜੇਕਰ ਇਹਦੀ ਕਾਸਟਿੰਗ ਦੀ ਗੱਲ ਕਰੀਏ ਤਾਂ ਜਿਹੜੇ ਤੁਹਾਡੇ ਸਹਿਯੋਗੀ ਕਲਾਕਾਰ ਹੈ ਉਹਨਾਂ ਦੇ ਬਾਰੇ ਥੋੜ੍ਹਾ ਜਿਹਾ ਦੱਸੋ ਕਿ ਕਿੱਦਾਂ ਦਾ ਉਹਨਾਂ ਦੇ ਨਾਲ ਐਮੀ ਦੇ ਨਾਲ ਜਾਂ ਜਿਹੜੇ ਮਤਲਬ ਫੀਮੇਲ ਆਰਟਿਸਟ ਹੈ ਹੋਰ ਉਹਨਾਂ ਦੇ ਨਾਲ ਕੰਮ ਕਰਕੇ ਤੁਹਾਨੂੰ ਕਿੱਦਾਂ ਦਾ ਲੱਗਿਆ? ਬਹੁਤ ਹੀ ਵਧੀਆ ਜੀ, ਬਹੁਤ ਵਧੀਆ ਸਵਾਲ ਕੀਤਾ। ਦੇਖੋ ਜੀ, ਸਭ ਤੋਂ ਪਹਿਲਾਂ ਜਿਹੜਾ ਹਰਜੀਤ ਜੀ ਦਾ ਰੋਲ ਐਮੀ ਨੇ ਨਿਭਾਇਆ ਜੀ, ਸਭ ਤੋਂ ਪਹਿਲਾਂ ਉਹਦਾ ਸਰੀਰ ਤੁਸੀਂ ਦੇਖੇ, ਉਹਨੇ ਕਿੰਨੀ ਮਿਹਨਤ ਕੀਤੀ। ਬਿਲਕੁਲ, ਬੜੀ ਮਿਹਨਤ ਨਜ਼ਰ ਆਉਂਦੀ ਹੈ ਐਮੀ ਦੇ ਸਰੀਰ ਤੇ, ਕਿਉਂਕਿ ਪਹਿਲਾਂ ਇਹਦੀ ਆਲੋਚਨਾ ਵੀ ਕਾਫੀ ਹੋਈ ਕਿਉਂਕਿ ਸੋਸ਼ਲ ਮੀਡੀਆ ਦੇ ਉੱਪਰ ਇਸ ਚੀਜ਼ ਨੂੰ ਬੜਾ ਅੱਜ ਕੱਲ ਲੋਕ ਟ੍ਰੋਲ ਕਰਨਾ ਸ਼ੁਰੂ ਕਰ ਦਿੰਦੇ ਆ। ਦੇਖੋ ਜੀ, ਇੱਥੇ ਮੈਂ ਤੁਹਾਡੀ ਗੱਲ ਕੱਟ ਰਹੀ ਹਾਂ ਵਿਚਾਲੀ, ਉੱਥੇ ਗੱਲ ਇਹ ਹੈ ਕਿ ਲੋਕਾਂ ਨੇ ਕਦੇ ਇਹ ਨੀ ਸੋਚਿਆ ਕਿ ਉਸ ਬੰਦੇ ਨੇ ਆਪਣੀ ਮਿਹਨਤ ਕਰਨ ਲਈ ਆਪਣੇ ਸਰੀਰ ਨੂੰ ਢਾਲਿਆ, ਜਿਵੇਂ ਕਿ ਦੰਗਲ ਫਿਲਮ ਹੋਈ ਹੈ ਜਾਂ ਆਪਾਂ ਹੋਰ ਫਿਲਮਾਂ ਵੀ ਚੱਕ ਕੇ ਦੇਖ ਲਓ। ਇੱਕ ਆਰਟਿਸਟ ਹੈ ਜਿਹੜਾ, ਉਹਨੂੰ ਤਾਂ ਸ਼ਾਬਾਸ਼ੀ ਦੇਣੀ ਬਣਦੀ ਹੈ ਕਿ ਉਹਨੇ ਆਪਦੇ ਸਰੀਰ ਤੇ ਇੰਨੀ ਮਿਹਨਤ ਕਰੀ ਹੈ। ਹੋ ਸਕਦਾ ਕਿ ਜਿਹੜੇ ਲੋਕ ਇਹ ਕਹਿ ਰਹੇ ਆ ਕਿ ਉਹਨੇ ਵਾਲ ਕਟਾ ਲਏ ਆਪਣੇ, ਉਹਨੇ ਇਹ ਬਣਾ ਲਏ, ਜੇ ਉਹ ਉਸੇ ਤਰੀਕੇ ਤੇ ਰੋਲ ਕਰਦਾ ਤੇ ਫਿਰ ਉਹੀ ਲੋਕਾਂ ਨੇ ਇਹ ਵੀ ਕਹਿਣਾ ਸੀ ਕਿ ਇਹ ਤਾਂ ਹਰਜੀਤ ਤਾਂ ਲੱਗ ਹੀ ਨੀ ਰਿਹਾ, ਲੱਗ ਹੀ ਨੀ ਰਿਹਾ। ਬਿਲਕੁਲ, ਮੈਂ ਤਾਂ ਦਾਦ ਇਹ ਦਿੰਦੀ ਹਾਂ ਕਿ ਉਸ ਬੱਚੇ ਨੇ 7-8 ਮਹੀਨਿਆਂ ਤੋਂ ਜਿਹੜਾ ਅੰਨ ਛੱਡਿਆ, ਵਰਕਆਊਟ ਕੀਤਾ ਆਪਣੇ ਸਰੀਰ ਨੂੰ ਹਰਜੀਤਾ ਦੇ ਰੋਲ ਦੇ ਵਿੱਚ ਢਾਲਿਆ ਹੈ। ਔਰ ਪਿੱਛੇ ਜੇ ਇੱਕ ਇੰਟਰਵਿਊ ਮੈਂ ਉਹਨਾਂ ਦੀ ਦੇਖ ਰਿਹਾ ਸੀ, ਜਿਹੜੇ ਓਰਿਜਿਨਲ ਹਰਜੀਤਾ ਹਰਜੀਤ ਨੇ ਉਹਨਾਂ ਦੀ ਤੇ ਐਮੀ ਦੀ, ਸੋ ਮੈਂ ਉਹਨਾਂ ਨੂੰ ਜਦੋਂ ਆਹਮੋ ਸਾਹਮਣੇ ਦੋਨਾਂ ਨੂੰ ਦੇਖਿਆ ਤਾਂ ਬਿਲਕੁਲ ਇਹ ਚੀਜ਼ ਦਾ ਫਰਕ ਨਜ਼ਰ ਹੀ ਨਹੀਂ ਆ ਰਿਹਾ ਸੀ ਕਿ ਵਾਕਿਆ ਹੀ ਇੱਕ ਫੋਟੋ ਕਾਪੀ ਵਾਲੀ ਗੱਲ ਹੋ ਗਈ ਸੀ ਕਿ ਬਿਲਕੁਲ। ਜਦੋਂ ਮੈਂ ਸੈੱਟ ਤੇ ਵੀ ਗਈ, ਮੈਂ ਐਮੀ ਨੂੰ ਦੇਖਿਆ ਕਿਉਂਕਿ ਮੈਂ ਪਹਿਲਾਂ ਉਹਦੇ ਨਾਲ ਫਿਲਮਾਂ ਕੀਤੀਆਂ ਨੇ, ਤੇ ਜਦੋਂ ਇਸ ਫਿਲਮ ਬਾਰੇ ਫਿਲਮ ਲਈ ਮੈਂ ਸੈੱਟ ਤੇ ਗਈ ਤਾਂ ਮੈਂ ਉਹਨੂੰ ਦੇਖ ਕੇ ਮੇਰੀਆਂ ਅੱਖਾਂ ਚ ਪਾਣੀ ਆ ਗਿਆ। ਮੈਨੂੰ ਇਹ ਲੱਗਿਆ ਵੀ ਐਮੀ ਹੈ, ਮੈਨੂੰ ਬਿਲਕੁਲ ਹੀ ਉਹ ਲੱਗਿਆ ਵੀ 19 ਸਾਲ ਦਾ ਬੱਚਾ ਲੱਗ ਰਿਹਾ ਸੀ ਜਿਹੜਾ ਜੂੜੇ ਤੇ ਰੁਮਾਲ ਬੰਨ ਕੇ ਮੇਰੇ ਸਾਹਮਣੇ ਆਇਆ, ਮੇਰਾ ਜੀ ਕਰੇ ਮੈਂ ਇਹਨੂੰ ਘੁੱਟ ਕੇ ਜੱਫੀ ਪਾ ਲਾਂ, ਇਹਨੂੰ ਪਿਆਰ ਕਰਾਂ, ਇਹਨੂੰ ਕਹੇ ਵੀ ਸੱਚ ਮੁੱਚੇ ਤੂੰ ਸੋ ਜੇਕਰ ਗੱਲ ਕਰੀਏ ਕਿਉਂਕਿ ਇਸ ਫਿਲਮ ਦੇ ਜੇਕਰ ਡਾਇਰੈਕਟਰ ਦੀ ਗੱਲ ਕਰੀਏ ਦਾਦੂ ਜੀ ਜਿਹੜੇ ਵਿਜੇ ਕੁਮਾਰ ਅਰੋੜਾ ਜੀ, ਜੇਕਰ ਗੱਲ ਕਰੀਏ ਤਾਂ ਬਾਲੀਵੁੱਡ ਦੇ ਇੱਕ ਵੱਡੇ ਨਾਮ ਵਜੋਂ ਜਾਣੇ ਜਾਂਦੇ ਆ, ਸੋ ਉਹਨਾਂ ਨੇ ਫਿਲਮ ਡਾਇਰੈਕਟ ਕੀਤੀ ਆ ਔਰ ਤੁਹਾਨੂੰ ਉਹਨਾਂ ਦੇ ਨਾਲ ਐਡੇ ਵੱਡੇ ਡਾਇਰੈਕਟਰ ਇੰਨੇ ਨਾਮ ਦੇ ਨਾਲ ਗੱਲ ਜਦੋਂ ਸੈੱਟ ਦੇ ਉੱਪਰ ਕੰਮ ਕਰਨ ਦੇ ਵਿੱਚ ਕੋਈ ਦਿੱਕਤ ਪੇਸ਼ ਨਹੀਂ ਆਈ, ਕਿੱਦਾਂ ਲੱਗਿਆ ਤੁਹਾਨੂੰ ਉਹਨਾਂ ਦੇ ਨਾਲ? ਨਹੀਂ ਬਿਲਕੁਲ ਨਹੀਂ, ਮੈਨੂੰ ਐਂ ਲੱਗਦਾ ਸੀਗਾ ਵੀ ਕੋਈ ਵੀ ਸੀਨ ਸ਼ੁਰੂ ਹੋਣ ਤੋਂ ਪਹਿਲਾਂ ਤਾਂ ਉਹਨਾਂ ਨੇ ਸਾਰੇ ਆਰਟਿਸਟਾਂ ਨੇ ਸਾਰੀ ਸਕ੍ਰਿਪਟ ਡਿਸਕਸ ਕੀਤੀ, ਉਹ ਤਾਂ ਚਲੋ ਜਦੋਂ ਕਰੈਕਟਰ ਬਣੀ ਹੋਈ ਉਦੋਂ ਹੀ ਦੱਸਤਾ, ਪਰ ਫਿਲਮ ਦੇ ਸੈੱਟ ਤੇ ਵੀ ਇੱਕ ਇੱਕ ਸੀਨ ਨੂੰ ਲੈ ਕੇ ਉਹ ਕਿੰਨੇ ਸੀਰੀਅਸ ਸੀ ਤੇ ਉਹ ਬੜੇ ਹੀ ਸ਼ਾਂਤ ਸੁਭਾਅ ਨਾਲ ਕੰਮ ਕਰ ਰਹੇ ਸੀ ਤੇ ਉਹਨਾਂ ਨੂੰ ਇਹ ਲੱਗਦਾ ਸੀ ਕਿ ਵਾਕਈ ਸੀਨ ਸਾਨੂੰ ਅਸੀਂ ਉਸੇ ਤਰ੍ਹਾਂ ਕੱਢਣਾ, ਇਹ ਨੀ ਹੈਗਾ ਵੀ ਕਿ ਫਿਲਮ ਬਣਾ ਰਹੇ ਹਾਂ, ਕਿਉਂਕਿ ਬਾਇਓਪਿਕ ਕਰਨੀ ਬਹੁਤ ਔਖੀ ਹੁੰਦੀ, ਬਹੁਤ ਔਖੀ ਹੁੰਦੀ, ਬਾਕੀ ਫਿਲਮਾਂ ਚ ਚੱਲ ਜਾਂਦਾ ਮਾੜਾ ਮੋਟਾ, ਪਰ ਬਾਇਓਪਿਕ ਤਾਂ ਬਹੁਤ ਹੀ ਔਖੀ ਹੈ ਕਿਉਂਕਿ ਜੇ ਕੋਈ ਮਾਂ ਦਾ ਕਰੈਕਟਰ ਨਿਭਾ ਰਿਹਾ, ਬਾਪ ਦਾ ਕਰੈਕਟਰ ਨਿਭਾ ਰਿਹਾ, ਭਰਾ ਦਾ ਕਰੈਕਟਰ ਨਿਭਾ ਰਿਹਾ ਜਾਂ ਐਮੀ ਆਪਣਾ ਕਰੈਕਟਰ ਨਿਭਾ ਰਿਹਾ ਹਰਜੀਤੇ ਦਾ, ਤਾਂ ਉਹਨਾਂ ਨੇ ਵੱਖ ਵੱਖ ਕਿਰਦਾਰਾਂ ਨੂੰ ਉਸੇ ਰੂਪ ਵਿੱਚ ਪੇਸ਼ ਕਰਨਾ ਸੀ ਤੇ ਮੈਨੂੰ ਲੱਗਦਾ ਵੀ ਮੈਨੂੰ ਮਾਣ ਹੈ ਇਸ ਗੱਲ ਤੇ ਕਿ ਮੈਂ ਦਾਦੂ ਜੀ ਨਾਲ ਕੰਮ ਕੀਤਾ ਤੇ ਉਹਨਾਂ ਨੇ
ਤੁਹਾਡੇ ਸਾਹਮਣੇ ਹੈ, ਸਕਰੀਨ ਤੁਹਾਡੇ ਸਾਹਮਣੇ ਹੈ, ਫਿਲਮ ਤੁਹਾਡੇ ਸਾਹਮਣੇ ਹੈ ਕਿ ਉਹਨਾਂ ਨੇ ਪੂਰੀ ਕੋਸ਼ਿਸ਼ ਕੀਤੀ ਹੈ ਤੇ ਲੋਕ ਵਧੀਆ ਹੰਗਾਰਾ ਵੀ ਦੇ ਰਹੇ ਨੇ। ਜੀ ਜੀ ਬਿਲਕੁਲ, ਫਿਲਮ ਦਾ ਜਿਹੜਾ ਲੈਵਲ ਹੈ, ਫਿਲਮ ਦਾ ਸਟੈਂਡਰਡ ਦੇਖ ਕੇ ਇਹ ਨਹੀਂ ਲੱਗਦਾ ਕਿ ਅਸੀਂ ਇੱਕ ਪੰਜਾਬੀ ਸਿਨੇਮਾ 'ਚ ਬਣੀ, ਕਿਉਂਕਿ ਪੰਜਾਬੀ ਸਿਨੇਮਾ ਨੂੰ ਪਹਿਲਾਂ ਬੜੀਆਂ ਲੋਅ ਲੈਵਲ ਦਾ, ਲੋਅ ਬਜਟ ਦੀਆਂ ਫਿਲਮਾਂ ਬਣਦੀਆਂ ਸੀ, ਦੇਖਿਆ ਜਾਂਦਾ ਸੀ। ਪਰ ਅੱਜ ਜੇ ਹਰਜੀਤਾ ਦੀ ਗੱਲ ਕਰੀਏ ਤਾਂ ਉਹ ਫਿਲਮ ਦੇਖ ਕੇ ਲੱਗਦਾ ਕਿ ਅਸੀਂ ਬਾਲੀਵੁੱਡ ਦੀ ਕਿਸੇ ਫਿਲਮ, ਕੋਈ ਬਾਇਓਪਿਕ, ਜਿੱਦਾਂ ਦੰਗਲ ਵਰਗੀਆਂ ਫਿਲਮਾਂ ਬਣੀਆਂ ਤਾਂ ਉੱਦਾਂ ਦੀ ਕੋਈ ਬਾਇਓਪਿਕ ਦੇਖ ਰਹੇ ਹਾਂ। ਹਾਂਜੀ ਹਾਂਜੀ ਬਿਲਕੁਲ ਜੀ। ਸੋ ਜੇਕਰ ਗੱਲ ਕਰੀਏ ਇੱਕ ਛੋਟੇ ਬੱਚੇ ਦਾ ਜਿਹੜਾ ਕਿਰਦਾਰ ਕੀਤਾ ਹੈ, ਜਿਹੜਾ ਹਰਜੀਤਾ ਦੇ ਬਚਪਨ ਦਾ ਰੋਲ ਜਿਨ੍ਹਾਂ ਨੇ ਕੀਤਾ, ਮੈਂ ਗੱਲ ਕਰ ਰਿਹਾ ਸਮੀਪ ਬਾਰੇ। ਸਮੀਪ ਦੀ ਜੀ ਜੀ। ਸੋ ਉਸ ਬੱਚੇ ਦੀ ਵੀ ਬੜੀ ਮਿਹਨਤ ਨਜ਼ਰ ਆ ਰਹੀ ਹੈ। ਸੋ ਉਸ ਨਿੱਕੇ ਜਿਹੇ ਬੱਚੇ ਨੂੰ ਜਿਹੜਾ ਤੁਸੀਂ ਕੰਮ ਕਰਦੇ ਦੇਖਿਆ, ਸੋ ਉਹਦੇ ਨਾਲ ਕੰਮ ਕਰਕੇ ਤੁਹਾਨੂੰ ਕਿੱਦਾਂ ਲੱਗਿਆ? ਵਾਹ ਕਮਾਲ ਜੀ ਵਾਹ, ਉਸ ਬੱਚੇ ਨੇ ਪਤਾ ਨੀ, ਮੈਨੂੰ ਤਾਂ ਲੱਗਦਾ ਇਸ ਫਿਲਮ ਨੂੰ ਲੈ ਕੇ ਅੱਗੇ, ਮੈਂ ਤਾਂ ਕਹਿੰਦੀ ਹਾਂ ਪਰਮਾਤਮਾ ਉਹਨੂੰ ਤੰਦਰੁਸਤ ਰੱਖੇ ਤੇ ਉਹ ਅੱਗੇ ਹੀ ਮਿਹਨਤ ਕਰਦਾ ਜਾਵੇ। ਤੇ ਮੈਨੂੰ ਇਹ ਲੱਗਦਾ ਕਿ ਸਾਰੀ ਫਿਲਮ ਦੇ ਵਿੱਚ ਕੰਮ ਬਹੁਤ ਜ਼ਿਆਦਾ ਵਧੀਆ ਬੱਚੇ ਦਾ ਹੀ ਹੈ, ਕਿਉਂਕਿ ਉਹਨੇ ਇੱਕ ਇੱਕ ਸੀਨ ਨੂੰ ਲੈ ਕੇ, ਉਹ ਬੜਾ ਸੀਰੀਅਸ ਸੀ, ਇਹ ਨੀ ਸੀਗਾ ਕਿ ਉੱਥੇ ਉਹਨੇ ਬਚਪਨਾ ਦਿਖਾਇਆ, ਆਪਣੇ ਸੀਨ ਨੂੰ ਲੈ ਕੇ ਉਹ ਬਹੁਤ ਸੀਰੀਅਸ ਸੀ। ਜਿਵੇਂ ਦਾਦੂ ਉਹਨੂੰ ਸਮਝਾਉਂਦੇ ਸੀ ਨਾਲ ਦੀ ਨਾਲ ਉਹ ਟੇਕ ਦਿੰਦਾ ਸੀ, ਬਿਲਕੁਲ ਹੀ ਨੈਚੁਰਲ ਨੈਚੁਰਲ ਬੱਚਾ ਜੀ। ਬਹੁਤ ਮੇਰਾ ਹੁਣ ਵੀ ਜਿਹਨੇ ਲੂ ਕੰਡਾ ਖੜਾ ਹੋ ਗਿਆ ਜਦੋਂ ਉਹਦਾ ਚਿਹਰਾ ਮੇਰੀਆਂ ਅੱਖਾਂ ਦੇ ਸਾਹਮਣੇ ਆਉਂਦਾ, ਕਿੰਨਾ ਇਨੋਸੈਂਟ, ਕਿੰਨਾ ਉਹਨੇ ਕੈਮਰੇ ਨੂੰ ਕਿਵੇਂ ਫੇਸ ਕੀਤਾ ਤੇ ਆਰਾਮ ਨਾਲ ਕਰ ਜਾਂਦਾ ਸੀ, ਕੋਈ ਉਹਨੂੰ ਦਿੱਕਤ ਹੀ ਨਹੀਂ ਆਈ। ਜੀ 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 ਬਿਲਕੁਲ, ਹਾਂਜੀ ਉਹ ਨਜ਼ਰ ਆਉਂਦਾ ਜੀ ਜਿਹੜੀ ਮਿਹਨਤ ਕੀਤੀ ਤੁਹਾਡੀ, ਕਿਉਂਕਿ ਪੂਰੀ ਟੀਮ ਦੀ ਮਿਹਨਤ ਕੀਤੀ, ਤੁਸੀਂ ਵੀ ਆਪਣੇ ਆਪ ਨੂੰ ਕਿਵੇਂ ਉਸ ਰੋਲ ਦੇ ਵਿੱਚ ਤਿਆਰ ਕੀਤਾ, ਬੜਾ ਬਾ ਕਮਾਲ ਹੈ। ਤੁਸੀਂ ਇਹ ਦੇਖੋ ਜੀ ਵੀ ਇੰਨੀ ਸਰਦੀ ਪੈ ਰਹੀ ਸੀ, ਉਸ ਬੱਚੇ ਨੇ ਜਦੋਂ ਛੱਪੜ ਚ ਛਾਲ ਮਾਰਦਾ ਉਦੋਂ ਤਾਂ ਠੰਡ ਹੀ ਬਹੁਤ ਸੀ ਉੱਥੇ, ਤੇ ਉਹਨੇ ਇੱਕ ਵਾਰੀ ਨੀ ਕਿਹਾ ਮੈਨੂੰ ਠੰਡ ਲੱਗਦੀ ਹੈ ਜਾਂ ਮੈਨੂੰ ਕਿਵੇਂ ਲੱਗਦਾ। ਦਾਦੂ ਬੜੇ ਫਿਕਰਮੰਦ ਸੀ ਕਿ ਛੋਟਾ ਬੱਚਾ ਕਿਤੇ ਬਿਮਾਰ ਨਾ ਹੋ ਜਾਵੇ, ਜਗਦੀਪ ਨੂੰ ਵੀ ਇਹੀ ਲੱਗਦਾ ਸੀ, ਪਰ ਬੱਚੇ ਦੇ ਹੱਥ ਇਹ ਸੀ ਕਿ ਮੈਂ ਹਰਜੀਤੇ ਦਾ ਰੋਲ ਨਿਭਾ ਰਿਹਾ, ਉਹ ਇਹ ਕਹਿ ਰਿਹਾ ਸੀ ਕਿ ਮੈਂ ਇਹ ਕੰਮ ਕਰੂੰਗਾ ਹੀ ਕਰੂੰਗਾ। ਕਿਵੇਂ ਉਹਨੇ ਸਵੀਮਿੰਗ ਸਿੱਖੀ, ਕਿਵੇਂ ਉਹ ਛੱਪੜ ਚ ਬੜਿਆ, ਤੁਸੀਂ ਸਾਰੇ ਦੇਖ ਹੀ ਰਹੇ ਹੋ, ਤੇ ਉਹ ਸੱਚਮੁੱਚ ਹੀ ਬੱਚੇ ਨੇ ਕਮਾਲ ਕਰਤੀ ਜੀ। ਬਿਲਕੁਲ, ਮੈਂ ਸਰੋਤਿਆਂ ਨੂੰ ਵੀ ਦੱਸਣਾ ਚਾਹੁੰਦਾ, ਜੇਕਰ ਤੁਸੀਂ ਸਿੱਧੀ ਗੱਲਬਾਤ ਹੈ ਜਿਹੜੀ ਸਾਡੇ ਮਹਿਮਾਨ ਗੁਰਪ੍ਰੀਤ ਕੌਰ ਪੰਗੂ ਜੀ ਹੋਰਾਂ ਨਾਲ ਗੱਲ ਕਰਨੀ ਚਾਹੁੰਦੇ ਹੋ, ਕੋਈ ਸਵਾਲ ਪੁੱਛਣਾ ਚਾਹੁੰਦੇ ਹਾਂ ਤਾਂ ਸਾਡਾ ਨੰਬਰ ਹੈ ਜਿਹੜਾ 9164410666 ਦੇ ਉੱਪਰ ਤੁਸੀਂ ਕਾਲ ਕਰ ਸਕਦੇ ਹੋ। ਇਸ ਤੋਂ ਬਿਨਾਂ ਸਾਡਾ ਨੰਬਰ 9356612233 ਇਸ ਨੰਬਰ ਦੇ ਉੱਪਰ ਵੀ ਤੁਸੀਂ ਕਾਲ ਕਰ ਸਕਦੇ ਹੋ, ਨਾਲ ਦੀ ਨਾਲ ਸਾਨੂੰ ਵਟਸਐਪ ਦੇ ਜ਼ਰੀਏ ਤੁਸੀਂ ਮੈਸੇਜ ਵੀ ਭੇਜ ਸਕਦੇ ਹੋ। ਸੋ ਗੱਲਬਾਤ ਦਾ ਸਿਲਸਿਲਾ ਅੱਗੇ ਵਧਾਉਂਦੇ ਹਾਂ। ਜੇਕਰ ਗੱਲ ਕਰੀਏ ਗੁਰਪ੍ਰੀਤ ਜੀ, ਆਪਾਂ ਫਿਲਮ ਤੋਂ ਜੇ ਪਰਿਵਾਰ ਵੱਲ ਆਈਏ ਤਾਂ ਜਦੋਂ ਤੁਸੀਂ ਆਪਣੇ ਪਰਿਵਾਰ ਆਪਣੇ ਕਰੈਕਟਰ ਦੇ ਵਿੱਚੋਂ ਨਿਕਲ ਕੇ ਆਪਣੇ ਪਰਿਵਾਰ ਦੇ ਵਿੱਚ ਜਾਂਦੇ ਆ ਤਾਂ ਤੁਹਾਨੂੰ ਕਿੱਦਾਂ ਦਾ ਲੱਗਦਾ? ਕਿਉਂਕਿ ਉਹ ਚੀਜ਼ ਜਿਹੜੀ ਅੰਦਰੋਂ ਤੁਸੀਂ ਇੱਕ ਮਾਂ ਦਾ ਸੀਰੀਅਸ ਰੋਲ ਕਰ ਰਹੇ ਹੋ, ਉਸ ਤੋਂ ਬਾਅਦ ਤੁਸੀਂ ਇੱਕ ਰੀਅਲ ਮਾਂ ਦੇ ਰੋਲ ਦੇ ਵਿੱਚ ਆ ਜਾਂਦੇ ਆ ਜਾਂ ਰੀਅਲ ਪਤਨੀ ਦੇ ਰੋਲ ਦੇ ਵਿੱਚ ਆ ਜਾਂਦੇ ਆ, ਉਹ ਚੀਜ਼ ਤੁਸੀਂ ਕਿਵੇਂ ਮੈਨੇਜ ਕਰਦੇ ਹੋ? ਸਭ ਤੋਂ ਵਧੀਆ ਗੱਲ ਤਾਂ ਇਹ ਹੈ ਜੀ, ਮੈਂ ਸ਼ੁਕਰਗੁਜ਼ਾਰ ਹਾਂ ਕਿ ਮੇਰੇ ਪਰਿਵਾਰ ਨੇ ਮੈਨੂੰ ਸਪੋਰਟ ਹੀ ਬਹੁਤ ਕੀਤਾ, ਕਦੇ ਮੈਨੂੰ ਘਰ ਦੀ ਕੋਈ ਦਿੱਕਤ ਮਹਿਸੂਸ ਹੀ ਨਹੀਂ ਹੋਈ ਕਿ ਮੈਨੂੰ ਔਖਾ ਲੱਗਦਾ ਹੋਵੇ ਘਰੇ ਆ ਕੇ, ਸਗੋਂ ਮੈਨੂੰ ਇਹ ਸਪੋਰਟ ਕਰਦੇ ਆ ਕਿ ਸਗੋਂ ਦੱਸਦੇ ਆ, ਜਿਵੇਂ ਮੇਰਾ ਬੇਟਾ ਅਮਰਵੀਰ ਬਾਗੀ, ਉਹ ਵਧੀਆ ਆਪ ਐਕਟਰ ਵੀ ਆ, ਸਿੰਗਰ ਵੀ ਆ ਆਸਟ੍ਰੇਲੀਆ ਦੇ ਵਿੱਚ ਅੱਜ ਕੱਲ, ਉਹ ਸਗੋਂ ਮੇਰਾ ਇੱਕ ਵਧੀਆ ਇੱਕ ਦੋਸਤ, ਇੱਕ ਵਧੀਆ ਕ੍ਰਿਟਿਕ ਵੀ ਆ। ਜ਼ਰੂਰ ਦੱਸੋ ਪਰਿਵਾਰ ਚ ਕੌਣ ਕੌਣ ਨੇ ਤੁਹਾਡੇ? ਹਾਂਜੀ ਪਰਿਵਾਰ ਦੇ ਵਿੱਚ ਮੇਰਾ ਬੇਟਾ ਜੀ, ਇੱਕ ਮੇਰੀ ਡਾਟਰ ਇਨ ਲਾ ਹੈ ਮੇਰੀ ਧੀਆਂ ਵਰਗੀ, ਤੇ ਦੋ ਮੇਰੇ ਪੋਤੇ ਨੇ ਸਦਕਰ ਪਾਰਸ
ਤੇ ਮੇਰੇ ਹਸਬੈਂਡ ਨੇ ਜੀ ਸਰਦਾਰ ਸਵਰਨ ਸਿੰਘ ਪੰਗੂ ਜਿਹੜੇ ਸੋਸ਼ਲ ਐਕਟਿਵਿਸਟ ਨੇ ਤੇ ਉਹ ਉਹਨਾਂ ਦੀ ਆਪਦੀ ਆਪਣੀ ਦੇਣ ਆਪਣਾ ਸਥਾਨ ਹੈ। ਸਾਡੇ ਪਰਿਵਾਰ ਦੀ ਵਧੀਆ ਗੱਲ ਇਹ ਹੈ ਕਿ ਅਸੀਂ ਮੈਂ ਇੱਕ ਐਕਟਰ ਦੇ ਨਾਲ ਨਾਲ ਮੈਂ ਕੱਲਾ ਇਹ ਨੀ ਵੀ ਮੈਂ ਐਕਟਿੰਗ ਕਰ ਲਈ, ਇੱਥੇ ਅਸੀਂ ਚਮਕੌਰ ਸਾਹਿਬ ਦੇ ਇਲਾਕੇ ਦੇ ਵਿੱਚ ਸੋਸ਼ਲ ਐਕਟੀਵਿਟੀਜ਼ ਕਰਦੇ ਹਾਂ ਕਿਉਂਕਿ ਮੈਂ ਥੀਏਟਰ ਨੂੰ ਬਹੁਤ ਪਿਆਰ ਕੀਤਾ ਤੇ ਥੀਏਟਰ ਨੇ ਮੈਨੂੰ ਇੱਥੋਂ ਤੱਕ ਪਹੁੰਚਾਇਆ ਤੇ ਮੈਂ ਗੁਰਸ਼ਰਨ ਭਾਜੀ ਦੀ ਬਹੁਤ ਸ਼ੁਕਰਗੁਜ਼ਾਰ ਹਾਂ ਜਿਨ੍ਹਾਂ ਦੀ ਬਦੌਲਤ ਅੱਜ ਮੈਂ ਇੱਥੇ ਖੜੀ ਹਾਂ, ਕਿਉਂਕਿ ਸਮਾਜ ਨੂੰ ਦੇਖਣ ਦਾ ਨਜ਼ਰੀਆ ਜੇ ਉਹ ਸਿਰਫ ਮੈਨੂੰ ਗੁਰਸ਼ਰਨ ਭਾਜੀ ਨੇ ਦਿੱਤਾ, ਛੋਟੀ ਜੇ ਮੈਨੂੰ ਇਹ ਲੱਗਦਾ ਵੀ ਉਹਨਾਂ ਦੀ ਉਂਗਲ ਫੜ ਕੇ ਮੈਂ ਸਾਰਾ ਕੁਛ ਸਿੱਖਿਆ ਤੇ ਇਸ ਤਰੀਕੇ ਨਾਲ ਅਸੀਂ ਸਾਡਾ ਇੱਕ ਛੋਟਾ ਜਿਹਾ ਪਰਿਵਾਰ ਹੈ। ਚਮਕੌਰ ਸਾਹਿਬ ਮੈਂ ਰਹਿ ਰਹੀ ਹਾਂ ਤੇ ਮੈਨੂੰ ਬਹੁਤ ਮੇਰਾ ਇਲਾਕਾ ਪਿਆਰ ਦੇ ਰਿਹਾ ਇਸੇ ਕਰਕੇ ਕਿ ਮੇਰਾ ਕੰਮ ਕੱਲਾ ਸਿਰਫ ਇਹ ਨੀ ਵੀ ਮੈਂ ਫਿਲਮਾਂ ਚ ਹੀ ਕੰਮ ਕਰ ਰਹੀ ਹਾਂ ਤੇ ਮੈਂ ਆਪਣਾ ਆਲਾ ਦੁਆਲਾ ਆਪਣਾ ਸਮਾਜ ਨੂੰ ਜਿਹੋ ਜਿਹਾ ਦੇਖਣਾ ਚਾਹੁੰਦੀ ਹਾਂ ਮੈਂ ਉਸ ਲੈਵਲ ਤੇ ਕੰਮ ਵੀ ਕਰਦੀ ਹਾਂ। ਜੀ 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 ਗੁਰਪ੍ਰੀਤ ਜੀ, ਜੇਕਰ ਗੱਲ ਕਰੀਏ ਤੁਹਾਡੀ ਜਿਹੜਾ ਅਦਾਕਾਰੀ ਤੁਹਾਡੇ ਵਿੱਚ ਜਿਹੜੀ ਇਹ ਹੈਗਾ ਸ਼ੌਕ ਐਕਟਿੰਗ ਦਾ ਕਦੋਂ ਤੋਂ ਸ਼ੁਰੂ ਹੋਇਆ ਤੇ ਇਹ ਕਿਵੇਂ ਹੌਲੀ ਹੌਲੀ ਤੁਸੀਂ ਇਹ ਫਿਲਮਾਂ ਦੇ ਵਿੱਚ ਆਉਣ ਦਾ ਸਵਾਬ ਤੁਹਾਡਾ ਕਿੱਦਾਂ ਬਣਿਆ? ਹਾਂਜੀ, ਇਹ ਵੀ ਬੜਾ ਵਧੀਆ ਸਵਾਲ ਕੀਤਾ ਤੁਸੀਂ। ਮੈਂ ਜਦੋਂ ਸਕੂਲ ਚ ਪੜ੍ਹਦੀ ਸੀ ਤਾਂ ਉਦੋਂ ਸ਼ਨੀਵਾਰ ਨੂੰ ਬਾਲ ਸਭਾਵਾਂ ਲੱਗਿਆ ਕਰਦੀਆਂ ਸੀ ਤੇ ਉਦੋਂ ਮੈਂ ਸ਼ਨੀਵਾਰ ਨੂੰ ਜਿਹੜਾ ਬੱਚਿਆਂ ਦਾ ਇੱਕ ਹੁੰਦੀ ਸੀਗੀ ਇਹ ਸੰਸਥਾ ਵੱਲੋਂ ਕੰਮ ਹੁੰਦਾ ਸੀ ਸਕੂਲ ਦੇ ਵਿੱਚ ਪ੍ਰੋਗਰਾਮ ਤੇ ਉਹਦੇ ਵਿੱਚ ਮੈਂ ਛੋਟੇ ਛੋਟੇ ਸਕਿੱਟ ਕਰਦੀ ਹੁੰਦੀ ਸੀ ਤੇ ਨਾਲ ਖੇਡਦੀ ਹੁੰਦੀ ਸੀ। ਮੈਂ ਐਥਲੀਟ ਸੀ, 400 ਮੀਟਰ ਰੇਸ, 800 ਮੀਟਰ ਰੇਸ, ਹਰਡਲ, ਲੌਂਗ ਜੰਪ, ਹਾਈ ਜੰਪ ਇਸ ਤਰੀਕੇ ਨਾਲ ਕਰਦੀ ਸੀ ਤੇ ਜਿਹੜੀ ਮੇਰੀ ਟੀਚਰ ਸੀ ਪੀਟੀ ਟੀਚਰ ਮੇਰੀ ਅਮਰਜੀਤ ਕੌਰ ਬਠਿੰਡਾ ਤੋਂ ਤੇ ਉਹ ਉਹਨੇ ਉਹਦੀ ਪਾਰਖੂ ਅੱਖ ਨੇ ਮੈਨੂੰ ਦੇਖਿਆ ਤੇ ਮੈਂ ਫਿਰ ਫਿਜ਼ੀਕਲ ਕਾਲਜ ਤੋਂ ਅੱਗੇ ਪੜ੍ਹੀ ਤੇ ਰਜਿੰਦਰਾ ਕਾਲਜ ਬਠਿੰਡਾ ਤੋਂ ਮੈਂ ਗ੍ਰੈਜੂਏਸ਼ਨ ਕੀਤੀ ਤੇ ਇਸ ਤਰੀਕੇ ਨਾਲ ਹੌਲੀ ਵਧਦੀ ਵਧਦੀ ਮੈਂ ਕਾਲਜ ਦੇ ਵਿੱਚ ਨਾਟਕ ਵਗੈਰਾ ਕਰਦੀ ਰਹੀ ਤੇ ਦਿੱਕਤਾਂ ਵੀ ਆਈਆਂ ਕਿਉਂਕਿ ਮੈਂ ਇੱਕ ਇਹੋ ਜਿਹੇ ਏਰੀਏ ਦੇ ਵਿੱਚ ਇਹੋ ਜਿਹੇ ਪਰਿਵਾਰ ਦੇ ਵਿੱਚ ਜਿਹੜਾ ਕਿਸਾਨੀ ਪਰਿਵਾਰ ਸੀ ਜੰਮੀ ਪਲੀ ਜਿੱਥੇ ਇਹ ਲੱਗਦਾ ਸੀ ਉਸ ਉਮਰ ਦੇ ਵਿੱਚ ਕਿ ਉਸ ਸਮੇਂ ਦੇ ਵਿੱਚ ਵੀ ਸਟੇਜ ਤੇ ਨਹੀਂ ਜਾਣਾ, ਪਰ ਹੌਲੀ ਹੌਲੀ ਗੁਰਸ਼ਰਨ ਭਾਜੀ ਦੇ ਨਾਟਕ ਦੇਖਦੀ ਰਹੀ ਤੇ ਮੇਰੇ ਮਨ ਚ ਇਹ ਆ ਗਿਆ ਕਿ ਜੇ ਅੱਜ ਬਾਕੀ ਸਾਰੇ ਲੋਕ ਇਹ ਕਰਦੇ ਮੈਂ ਕਿਉਂ ਨੀ ਕਰ ਸਕਦੀ ਤੇ ਸਬੱਬ ਇਹ ਬਣਿਆ ਕਿ ਮੇਰੀ ਜਿਹੜੀ ਸ਼ਾਦੀ ਹੈ ਉਹ ਸਰਦਾਰ ਸਵਰਨ ਸਿੰਘ ਭੰਗੂ ਨਾਲ ਹੋਈ ਜਿਨ੍ਹਾਂ ਨੇ ਮੈਨੂੰ ਜਿਨ੍ਹਾਂ ਦੀ ਸਪੋਰਟ ਦੇ ਨਾਲ ਅੱਜ ਮੈਂ ਇੱਥੇ ਖੜੀ ਹਾਂ ਕਿਉਂਕਿ ਉਹਨਾਂ ਨੇ ਕਿਹਾ ਕਿ ਗੁਰਪ੍ਰੀਤ ਤੂੰ ਆਪਣਾ ਇਹ ਕੰਮ ਜਾਰੀ ਰੱਖ ਤੇ ਅਸੀਂ ਚੇਤਨਾ ਕਲਾ ਮੰਚ ਚਮਕੌਰ ਸਾਹਿਬ ਨਾਂ ਦੀ ਸੰਸਥਾ ਬਣਾ ਕੇ ਇੱਥੇ ਥੀਏਟਰ ਕਰਦੇ ਹਾਂ ਚਮਕੌਰ ਸਾਹਿਬ ਦੇ ਏਰੀਏ ਦੇ ਵਿੱਚ ਤੇ ਪੰਜਾਬ ਲੋਕ ਸੱਭਿਆਚਾਰਕ ਮੰਚ ਜਿਹੜਾ ਪੰਜਾਬ ਦੇ ਵਿੱਚ ਵੱਖ ਵੱਖ ਜਿਵੇਂ ਸਮੇਂ ਤੇ ਜਿਵੇਂ ਸਾਡਾ ਮਈ ਦਿਵਸ ਹੁੰਦਾ ਜਾਂ ਸਾਡਾ ਭਗਤ ਸਿੰਘ ਦੇ ਨਾਲ ਸੰਬੰਧਿਤ ਜਾਂ ਸਾਡੇ ਗਦਰੀ ਬਾਬਿਆਂ ਦੇ ਨਾਲ ਸੰਬੰਧਿਤ ਕੋਈ ਵੀ ਫੰਕਸ਼ਨ ਹੋਵੇ ਤੇ ਜਾਂ ਸਮਾਜ ਦੇ ਵਿੱਚ ਵਧੀਆ ਜਿਹੜਾ ਕਲਚਰ ਹੈ ਸੱਭਿਆਚਾਰ ਹੈ ਉਹਨੂੰ ਫੈਲਾਉਣ ਦੇ ਵਿੱਚ ਬੜੀ ਯੋਗਦਾਨ ਹੈ, ਬੜਾ ਵੱਡੇ ਲੈਵਲ ਤੇ ਉਹ ਕੰਮ ਕਰ ਰਿਹਾ, ਉਹਦੀ ਮੈਂ ਮੈਂਬਰ ਵੀ ਰਹੀ ਹਾਂ ਤੇ ਉਹਦੀ ਬਦੌਲਤ ਹੀ ਅੱਜ ਮੈਂ ਇੱਥੇ ਖੜੀ ਹਾਂ ਮੈਨੂੰ ਇਹ ਲੱਗਦਾ। ਤੇ ਸਭ ਤੋਂ ਪਹਿਲਾਂ ਮੈਂ ਜਦੋਂ ਮਿੱਟੀ ਫਿਲਮ ਕਰੀ ਜਤਿੰਦਰ ਮੌਰ ਦੀ ਤਾਂ ਉਹ ਪਹਿਲੀ ਫਿਲਮ ਕਰੀ ਸੀ ਸ਼ਾਇਦ ਉਹ ਤੋਂ ਪਹਿਲਾਂ ਵੀ, ਪਰ ਉਹ ਮੇਰੇ ਚੇਤਿਆਂ ਚ ਕਦੇ ਨੀ ਭੁੱਲੂਗੀ ਕਿਉਂਕਿ ਉੱਥੇ ਮੈਂ ਇੱਕ ਮਾਂ ਦਾ ਕਰੈਕਟਰ ਕੀਤਾ ਸੀ। ਬਿਲਕੁਲ ਮੇਰੇ ਅਜੇ ਵੀ ਯਾਦ ਹੈ ਉਹ ਬੜਾ, ਹਾਂਜੀ, ਜਿਹਦਾ ਬੱਚਾ ਨਸ਼ਿਆਂ ਚ ਡੁੱਬ ਜਾਂਦਾ, ਡਾਇਲੋਗ ਮੇਰਾ ਇੱਕੋ ਸੀ ਪਰ ਉਹ ਅੰਦਰੋਂ ਇੰਨੀ ਹੂਕ ਨਾਲ ਨਿਕਲਿਆ, ਬਸ ਉੱਥੋਂ ਕਲਿੱਕ ਕਰਦਾ ਕਰਦਾ ਮੈਨੂੰ ਪਤਾ ਹੀ ਨੀ ਲੱਗਿਆ। ਮੈਂ ਕਦੇ ਨੀ ਸੀ ਸੋਚਿਆ ਕਿ ਮੈਂ ਫਿਲਮ ਲਾਈਨ ਚ ਆਉਣਾ, ਇਹ ਨੀ ਸੀ ਮੈਂ ਕਦੇ ਵੀ ਸੋਚਿਆ, ਪਰ ਇਹ ਹੈ ਵੀ ਇਹਦੇ ਪਿੱਛੇ ਘਾਲਣਾ ਬਹੁਤ ਵੱਡੀ ਹੈ ਕਿਉਂਕਿ ਮੈਂ ਥੀਏਟਰ ਬਹੁਤ ਕੀਤਾ ਤੇ ਥੀਏਟਰ ਨੂੰ ਮੈਂ ਹੁਣ ਵੀ ਪਿਆਰ ਕਰਦੀ ਹਾਂ ਤੇ ਹੁਣ ਵੀ ਮੈਂ ਕਰਦੀ ਹਾਂ।
ਜੀ ਬਿਲਕੁਲ, ਇੱਕ ਅਕਸਰ ਹਰੇਕ ਫਿਲਮ ਦੇ ਵਿੱਚ ਤੁਹਾਨੂੰ ਤਾਈ ਦਾ ਕਿਰਦਾਰ ਜ਼ਿਆਦਾ ਮਿਲਿਆ, ਇਹ ਕੋਈ ਸਬੱਬ ਸੀ ਜਾਂ ਤੁਹਾਡਾ ਮਤਲਬ ਕੋਈ ਸਬੱਬ ਨਾਲ ਹੀ ਤੁਹਾਨੂੰ ਇਹ ਮਿਲਦਾ ਰਿਹਾ, ਕਿਉਂਕਿ ਇੱਕ ਤਾਈ ਦੇ ਕਰੈਕਟਰ ਵਜੋਂ ਤੁਹਾਨੂੰ ਅਕਸਰ ਲੋਕ ਵੀ ਕਹਿੰਦੇ ਹੋਣਗੇ ਤਾਈ ਤਾਈ? ਹਾਂਜੀ ਹਾਂਜੀ, ਉਹ ਗੱਲ ਇਹ ਹੋਈ ਕਿ ਪਹਿਲਾਂ ਮੈਂ ਸਿੰਘ ਵਰਸਸ ਕੌਰ ਫਿਲਮ ਕੀਤੀ ਸੀ ਜੀ ਜੀ, ਉਹ ਬੜੀ ਬੜੀ ਮਤਲਬ ਉਹ ਕਮੇਡੀ ਟਾਈਪ ਵੀ, ਪਰ ਉਹ ਮੈਨੂੰ ਨੀ ਸੀ ਲੱਗਦਾ ਮੇਰਾ ਕਰੈਕਟਰ ਇੰਨਾ ਵਧੀਆ। ਜਦੋਂ ਹੁਣ ਕਈ ਵਾਰੀ ਮੈਂ ਬਾਜ਼ਾਰ ਚ ਵੀ ਤੁਰੀ ਜਾਂਦੀ ਹੁੰਦੀ ਹਾਂ, ਪਿੱਛੋਂ ਕਈ ਵਾਰੀ ਜਿਹੜਾ ਯੂਥ ਹੈ ਜਾਂ ਬੱਚੇ ਇਹਨਾਂ ਨੇ ਮੈਨੂੰ ਆਵਾਜ਼ ਮਾਰੀ ਹੈ ਤਾਈ, ਪਰ ਮੈਨੂੰ ਇਹ ਲੱਗਿਆ ਵੀ ਯਾਰ ਇਹ ਕਰੈਕਟਰ ਕਿੰਨਾ ਮਤਲਬ ਮੈਨੂੰ ਤਾਂ ਪਤਾ ਹੀ ਨੀ ਵੀ ਇਹ ਇੰਨਾ ਹਿੱਟ ਹੋ ਗਿਆ, ਕਿਉਂਕਿ ਉਹਦੇ ਵਿੱਚ ਗਿੱਪੀ ਵੀ ਸੀ, ਬਿੰਨੂ ਢਿੱਲੋਂ ਵੀ ਸੀ ਤੇ ਚੰਗੇ ਆਰਟਿਸਟ ਸੀਗੇ ਨਾਮੀ, ਤੇ ਪਰ ਮੈਨੂੰ ਨੀ ਸੀ ਇਹ ਲੱਗਦਾ ਕਿ ਮੈਥੋਂ ਇੰਨਾ ਵਧੀਆ ਹੋਇਆ ਇਹ ਕਰੈਕਟਰ। ਤੇ ਉਹ ਕਰਦੇ ਕਰਦੇ ਕਈ ਫਿਲਮਾਂ ਦੇ ਵਿੱਚ ਇਸ ਤਰੀਕੇ ਨਾਲ ਤਾਈ ਦਾ ਕਰੈਕਟਰ ਜਦੋਂ ਉੱਭਰ ਕੇ ਆਇਆ ਤੇ ਲੋਕ ਏਦਾਂ ਹੀ ਕਹਿਣ ਲੱਗ ਗਏ ਤਾਈ, ਤੇ ਉਹਦੇ ਵਿੱਚ ਇੱਕ ਹਿੰਦੀ ਮੂਵੀ ਕਰੀ ਮੈਂ ਪੰਕਜ ਕਪੂਰ ਨਾਲ, ਤੇ ਉੱਥੇ ਵੀ ਕੁਦਰਤੀ ਤਾਈ ਦਾ ਕਰੈਕਟਰ ਸੀ, ਤੇ ਇੱਥੋਂ ਹੀ ਪਤਾ ਨੀ ਕਿਵੇਂ ਉਹ ਤਾਈ ਦਾ ਕਰੈਕਟਰ ਜਿਹੜਾ ਉਹ ਅੱਪ ਹੋ ਗਿਆ। ਜੀ ਜੀ ਜੀ, ਸੋ ਤਾਈ ਦੇ ਕਰੈਕਟਰ ਤੋਂ ਹੁਣ ਮਾਂ ਦੇ ਕਰੈਕਟਰ ਵੱਲ, ਜਿਹੜਾ ਕਿਉਂਕਿ ਇਸ ਕਰੈਕਟਰ ਨੇ ਤਾਂ ਕਮਾਲ ਹੀ ਕਰ ਦਿੱਤੀ ਹੈ, ਬਿਲਕੁਲ ਬੜਾ ਭਾਵੁਕ ਹੈ ਜੋ ਵੀ ਬੰਦਾ। ਹਾਂਜੀ, ਮੈਨੂੰ ਇਹ ਲੱਗਦਾ ਕਿ ਮੇਰੇ ਲਈ ਇਤਨੋਂ ਵੱਡਾ ਭਾਗਾ ਸਮਾਂ ਸ਼ਾਇਦ ਕਦੇ ਨਾ ਆਵੇ, ਕਿਉਂਕਿ ਇਹ ਫਿਲਮ ਇੱਕ ਇਤਿਹਾਸਕ ਫਿਲਮ ਹੈ ਜੀ, ਤੇ ਮੈਂ ਸ਼ੁਕਰਗੁਜ਼ਾਰ ਹਾਂ ਆਪਣੀ ਜਿਨ੍ਹਾਂ ਨੇ ਮੈਨੂੰ ਇਸ ਫਿਲਮ ਲਈ ਚੁਣਿਆ। ਜਿਵੇਂ ਜਗਦੀਪ ਸਿੱਧੂ ਬਹੁਤ ਹੀ ਹੰਢਿਆ ਹੋਇਆ ਰਾਈਟਰ, ਬਹੁਤ ਹੀ ਥੋੜੀ ਜੀ ਗੱਲ ਹੋਈ ਸੀਗੀ ਮੇਰੀ ਜਗਦੀਪ ਨੇ ਕਿਹਾ ਸੀ ਕਿ ਮੈਡਮ ਆਪਾਂ ਇੱਕ ਫਿਲਮ ਕਰ ਰਹੇ ਹਾਂ ਤੇ ਆਪਾਂ ਦੇਖਦੇ ਹਾਂਗੇ ਸ਼ਾਇਦ ਉਹ ਕਰੈਕਟਰ ਤੁਸੀਂ ਕਰੋ, ਤੇ ਐਮੀ ਨੇ ਵੀ ਮੈਨੂੰ ਕਿਹਾ ਸੀ ਬੇਬੇ ਆ ਕਰੈਕਟਰ ਆਪਾਂ ਕਰਨਾ, ਤੇ ਮੈਨੂੰ ਇਹ ਲੱਗਿਆ ਵੀ ਹੋਰ ਖੁਸ਼ੀ ਦੀ ਗੱਲ ਕੀ ਹੈ ਮੇਰੇ ਲਈ। ਤੇ ਕੁਛ ਮੈਨੂੰ ਇਹ ਵੀ ਲੱਗਦਾ ਕਿ ਤੰਗੀਆਂ ਤਰਸ਼ੀਆਂ ਚੋਂ ਨਿਕਲਣ ਵਾਲੀ ਮਾਂ ਮੈਂ ਹੀ ਲੱਗਦੀ ਹਾਂ, ਕਿਉਂਕਿ ਮੇਰਾ ਪਹਿਰਾਵਾ ਮੇਰਾ ਰਹਿਣ ਸਹਿਣ ਮੈਨੂੰ ਕਦੇ ਨਹੀਂ ਹੋਇਆ। ਪੇਂਡੂ ਸੱਭਿਆਚਾਰ ਜਿਵੇਂ ਕਿ ਪੇਂਡੂ ਮਾਵਾਂ ਆਪਣੇ ਜਿਹੜਾ ਸੱਭਿਆਚਾਰ ਦਾ ਹਿੱਸਾ ਹੈ, ਉਹ ਲੱਗਦਾ ਹੈ ਕਿ ਇੱਕ ਵਾਕਈ ਪੇਂਡੂ ਮਾਂ ਦੇ ਕਰੈਕਟਰ ਦੇ ਵਿੱਚ ਤੁਸੀਂ ਇੰਨ ਬਿੰਨ ਜਿਹੜੇ, ਮੈਨੂੰ ਇਹ ਜਿਹੇ ਕਰੈਕਟਰ ਹੰਢਾਉਣ ਵਿੱਚ ਵੀ ਬਹੁਤ ਚੰਗਾ ਲੱਗਦਾ, ਕਿਉਂਕਿ ਸਮਾਜ ਦੇ ਵਿੱਚ ਜਦੋਂ ਇਹੋ ਜਿਹੀਆਂ ਮਾਵਾਂ ਨੂੰ ਮੈਂ ਦੇਖਦੀ ਹਾਂ ਮੇਰਾ ਅੰਦਰ ਬਲੂੰਦਰਿਆ ਜਾਂਦਾ, ਕਿਉਂਕਿ ਮੈਂ ਕੁਛ ਉਹ ਮਾਵਾਂ ਨੂੰ ਵੀ ਦੇਖਦੀ ਹਾਂ ਜਿਹੜੀਆਂ ਮਾਵਾਂ ਬਹੁਤ ਸਹੂਲਤਾਂ ਲੈ ਕੇ ਜਾਂ ਇਸ ਤਰੀਕੇ ਨਾਲ, ਤੇ ਦੂਜੇ ਪਾਸੇ ਸਾਡੀਆਂ ਆਹ ਮਾਵਾਂ ਵੀ ਹੈ ਜਿਹੜੀਆਂ ਗੋਹੇ ਮਿੱਟੀ ਚੋਂ ਜਿਹਨਾਂ ਦਾ ਕਦੇ ਹੱਥ ਹੀ ਨੀ ਨਿਕਲਿਆ, ਤੇ ਮੈਂ ਬਹੁਤ ਹੀ ਵਧਾਈ ਦਿੰਦੀ ਹਾਂ ਸਾਡੇ ਜਗਦੀਪ ਸਿੱਧੂ ਨੂੰ ਜਿਹਨੇ ਇੰਨੇ ਇਮੋਸ਼ਨ ਦੇ ਨਾਲ ਫਿਲਮ ਲਿਖੀ ਆ, ਇੰਨੇ ਵਧੀਆ ਡਾਇਲੋਗ ਦਿੱਤੇ ਆ ਸਾਨੂੰ, ਤੇ ਸਾਨੂੰ ਮੌਕਾ ਮਿਲਿਆ ਉਹ ਕਿਰਦਾਰ ਨਿਭਾਉਣ ਦਾ ਜੀ, ਇਹ ਮੈਨੂੰ ਬਹੁਤ ਹੀ ਚੰਗਾ ਲੱਗਿਆ। ਜੀ ਜੀ ਬਿਲਕੁਲ, ਕੁਝ ਮੈਸੇਜ ਹੈ ਜਿਹੜੇ ਤੁਹਾਡੇ ਲਈ ਆਏ ਆ, ਸੋ ਮੈਂ ਉਹ ਮੈਸੇਜ ਤੁਹਾਨੂੰ ਪੜ੍ਹਦਾ। ਸਾਡੇ ਸਰੋਤਿਆਂ ਨੇ ਜਿਹੜੇ ਮੈਸੇਜ ਭੇਜੇ ਆ, ਕਰਮਜੀਤ ਕੌਰ ਢਿੱਲੋਂ ਉਹ ਲਿਖਦੇ ਨੇ, ਕਹਿੰਦੇ ਜੀ ਬਾਕਮਾਲ ਐਕਟਿੰਗ, ਬਾਕਮਾਲ ਰੋਲ, ਬਹੁਤ ਵਧੀਆ ਲੱਗਿਆ ਜੀ। ਥੈਂਕ ਯੂ ਜੀ, ਥੈਂਕ ਯੂ, ਤੁਹਾਡੇ ਸਾਰਿਆਂ ਦੀਆਂ ਦੁਆਵਾਂ ਨੇ, ਤੁਹਾਡਾ ਦੇਖਣ ਦਾ ਨਜ਼ਰੀਆ, ਥੈਂਕ ਯੂ। ਮਨਦੀਪ ਕੌਰ ਲਿਖਦੇ ਨੇ, ਕਹਿੰਦੇ ਤੁਹਾਡੀ ਹਰ ਰੋਲ ਦੇ ਵਿੱਚ ਤੁਸੀਂ ਇੰਨ ਬਿੰਨ ਜੱਜ ਜਾਂਦੇ ਆ, ਗੁਰਪ੍ਰੀਤ ਮੈਡਮ ਨੂੰ ਸਲਾਮ। ਹਾਂਜੀ, ਬਹੁਤ ਬਹੁਤ ਪਿਆਰ, ਬਹੁਤ ਬਹੁਤ ਪਿਆਰ। ਸੋ ਇਸ ਤਰ੍ਹਾਂ ਕੁਛ ਹੋਰ ਮੈਸੇਜ ਸਾਨੂੰ ਸਾਡੇ ਰੇਡੀਓ ਪੰਜਾਬ ਟੂਡੇ ਦੇ ਫੇਸਬੁੱਕ ਪੇਜ ਦੇ ਉੱਪਰ ਵੀ ਲਾਈਵ ਦੇ ਜ਼ਰੀਏ ਕੁਛ ਮੈਸੇਜ ਆ ਰਹੇ ਆ ਤੁਹਾਡੇ ਲਈ। ਸਤਿ ਸ਼੍ਰੀ ਅਕਾਲ ਭੇਜੀ ਆ ਚਮਕੌਰ ਗਿੱਲ ਹੋਰਾਂ ਨੇ, ਨਾਲ ਹੀ ਕਮਲਪ੍ਰੀਤ ਸਿੰਘ ਨੇ।
ਸ੍ਰੀਕਾਲ ਜੀ, ਸਤਿ ਸ੍ਰੀ ਅਕਾਲ। ਸੋ ਗੱਲਬਾਤ ਦਾ ਸਿਲਸਿਲਾ ਜਿਹੜਾ ਅੱਗੇ ਵਧਾਉਂਦੇ ਹਾਂ ਗੁਰਪ੍ਰੀਤ ਜੀ, ਜੇਕਰ ਗੱਲ ਕਰੀਏ ਹੁਣ ਇਸ ਤੋਂ ਬਾਅਦ ਆਉਣ ਵਾਲੇ ਸਮੇਂ ਦੀ, ਤਾਂ ਕਿਉਂਕਿ ਅਕਸਰ ਇਨਸਾਨ ਦੀ ਫਿਤਰਤ ਹੁੰਦੀ ਹੈ ਕਿ ਜਦੋਂ ਇੱਕ ਮੀਲ ਪੱਥਰ ਤੈਅ ਕਰ ਲੈਂਦਾ ਤਾਂ ਉਸ ਤੋਂ ਪਿੱਛੇ ਵੱਲ, ਉਸ ਤੋਂ ਨੀਚੇ ਦਾ ਸੋਚਣਾ ਵਾਜਬ ਨਹੀਂ ਲੱਗਦਾ, ਅਤੇ ਆਪ ਵੀ ਨਹੀਂ ਚਾਹੁੰਦਾ ਕਿ ਮੈਂ ਇਸ ਤੋਂ ਹੁਣ ਉੱਪਰ ਵੱਲ ਜਾਵਾਂ, ਨੀਚੇ ਵੱਲ ਨਾ ਜਾਵਾਂ। ਸੋ ਅਗਲਾ ਜਿਹੜਾ ਮੀਲ ਪੱਥਰ ਤੁਸੀਂ ਕੀ ਦੇਖ ਰਹੇ ਹੋ, ਅਗਲੇ ਅਗਲੇ ਆਉਣ ਵਾਲੇ ਸਮੇਂ ਲਈ ਤੁਸੀਂ ਕੀ ਪਲਾਨ ਕਰ ਰਹੇ ਹੋ? ਹਾਂਜੀ ਹਾਂਜੀ, ਬਹੁਤ ਵਧੀਆ ਸਵਾਲ ਹੈ। ਮੈਨੂੰ ਇਹ ਲੱਗਦਾ ਹੈ ਕਿ ਜਿਹੜਾ ਪੰਜਾਬੀ ਇੰਡਸਟਰੀ ਹੈ ਇਹਦੇ ਵਿੱਚ ਬਹੁਤ ਹੀ ਵਧੀਆ ਫਿਲਮਾਂ ਬਣਨ, ਜਿਹਦੇ ਵਿੱਚ ਮੈਸੇਜ ਵੀ ਹੋਵੇ, ਮਨੋਰੰਜਨ ਵੀ ਹੋਵੇ, ਸਮਾਜ ਨੂੰ ਵਧੀਆ ਸੁਨੇਹਾ ਦੇਣ ਲਈ ਵੀ ਕੁਛ ਹੋਵੇ। ਤੇ ਮੈਨੂੰ ਇਹ ਲੱਗਦਾ ਕਿ ਮੈਂ ਵੀ ਇਹ ਦੇਖਾਂ ਹੁਣ ਕਰੈਕਟਰ ਕਰਨ ਲਈ, ਠੀਕ ਹੈ, ਇਹ ਨੀ ਹੈਗਾ ਵੀ ਕੋਈ ਸਾਰੇ ਸੀਰੀਅਸ ਹੀ ਰੋਲ ਹੋਣ, ਹਾਸੇ ਮਜ਼ਾਕ ਦੇ ਵਿੱਚ ਵੀ ਅਸੀਂ ਬਹੁਤ ਕੁਛ ਕਹਿ ਜਾਂਦੇ ਹਾਂ। ਮੈਸੇਜ ਮੈਨੂੰ ਇਹ ਲੱਗਦਾ ਵੀ ਮੈਸੇਜ ਜ਼ਰੂਰ ਹੋਣਾ ਚਾਹੀਦਾ, ਹੱਸਣਾ ਜ਼ਿੰਦਗੀ ਲਈ ਬਹੁਤ ਜ਼ਰੂਰੀ ਹੈ, ਕਿਉਂਕਿ ਲੋਕੀ ਤਾਂ ਪਹਿਲੇ ਬਹੁਤ ਤੰਗ ਆਏ ਪਏ ਨੇ, ਪਰ ਇਹਦੇ ਵਿੱਚ ਵੀ ਹੈ ਕਈ ਦੋ ਤਿੰਨ ਮੈਸੇਜ, ਮਤਲਬ ਹਾਸੇ ਦੇ ਹੈ ਇਹਦੇ ਵਿੱਚ, ਪਰ ਇਹ ਬਾਇਓਪਿਕ ਸੀ, ਬਾਇਓਪਿਕ ਇਹੀ ਢੁਕਦੀ ਹੈ। ਬਾਇਓਪਿਕ ਬਣਾਉਣੀ ਬਹੁਤ ਔਖੀ ਹੈ, ਫਿਲਮਾਂ ਜਿਹੜੀਆਂ ਦੂਜੀਆਂ ਵੀ ਬਣਦੀਆਂ ਨੇ ਕਾਮੇਡੀ ਫਿਲਮਾਂ ਵੀ, ਮੈਂ ਉਹਨਾਂ ਤੋਂ ਵੀ ਇਹੀ ਆਸ ਕਰੂੰਗੀ ਕਿ ਜਿਹੜਾ ਹਾਸਾ ਠੱਠਾ ਹੈ, ਹਾਸੇ ਠੱਠੇ ਦੇ ਹਸਾਉਂਦੇ ਹਸਾਉਂਦੇ ਅਸੀਂ ਲੋਕਾਂ ਨੂੰ ਕੁਛ ਦੇ ਜਾਈਏ, ਉਹ ਮੇਰੇ ਲਈ ਸਭ ਤੋਂ ਵਧੀਆ ਗੱਲ ਹੋਊਗੀ। ਜੀ 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 ਬਿਲਕੁਲ, ਕਿਉਂਕਿ ਫਿਲਮਾਂ ਮਨੋਰੰਜਨ ਦੇ ਨਾਲ ਸਾਨੂੰ ਹੋਰ ਬਹੁਤ ਕੁਛ ਦੇ ਸਕਦੀਆਂ, ਸਾਨੂੰ ਇੱਕ ਸਮਾਜ ਨੂੰ ਇੱਕ ਚੰਗੀ ਸੇਧ ਵੀ ਦੇ ਸਕਦੀਆਂ ਫਿਲਮਾਂ। ਬਿਲਕੁਲ ਜੀ ਬਿਲਕੁਲ, ਔਰ ਲੋਕ ਤੁਹਾਨੂੰ ਫੋਲੋ ਕਰਦੇ ਆ, ਲੋਕ ਤੁਹਾਡੀ ਆਵਾਜ਼ ਨੂੰ ਸੁਣਦੇ ਆ। ਤੁਸੀਂ ਜਿਹੜੇ ਸਮਾਜਿਕ ਕੰਮਾਂ ਦੀ ਗੱਲ ਕੀਤੀ ਹੈ, ਤਾਂ ਅੱਜ ਕੱਲ੍ਹ ਗੁਰਪ੍ਰੀਤ ਜੀ, ਜੇਕਰ ਸਮਾਜਿਕ ਮੁੱਦਿਆਂ ਦੇ ਵਿੱਚ ਜੇਕਰ ਨਸ਼ਿਆਂ ਦੀ ਗੱਲ ਕਰੀਏ, ਤਾਂ ਨੌਜਵਾਨ ਪੰਜਾਬ ਦੀ ਨੌਜਵਾਨੀ ਹੈ ਜਿਹੜੀ ਨਸ਼ਿਆਂ ਦੇ ਵਿੱਚ ਗ੍ਰਸਤ ਹੋ ਕੇ ਜਿਹੜੀ ਖਤਮ ਹੋਣ ਦੀ ਕਗਾਰ ਤੇ ਚਲੀ ਗਈ ਹੈ, ਸੋ ਇਸ ਚੀਜ਼ ਨੂੰ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ? ਹਾਂਜੀ ਹਾਂਜੀ, ਇਹੀ ਸਾਡੀ ਫਿਕਰਮੰਦੀ ਹੋਣੀ ਚਾਹੀਦੀ ਹੈ, ਤੇ ਮੈਂ ਕਹਿੰਦੀ ਹਾਂ ਯੂਥ ਨੂੰ ਇਸ ਫਿਲਮ ਤੋਂ ਵੀ ਸਿੱਖ ਲੈਣਾ ਚਾਹੀਦਾ। ਜੇ ਅੱਜ ਹਰਜੀਤਾ ਉੱਥੇ ਖੜਾ ਹੈ ਤਾਂ ਉਹ ਵੀ ਨਸ਼ਿਆਂ ਚ ਪੈ ਸਕਦਾ ਸੀ, ਵੀ ਮੇਰੇ ਤਾਂ ਘਰ ਦੇ ਹਾਲਾਤ ਬਹੁਤ ਖਰਾਬ ਹੈ, ਮੈਥੋਂ ਤਾਂ ਅੱਗੇ ਕੁਛ ਹੋਣਾ ਹੀ ਨੀ। ਤੇ ਮੈਨੂੰ ਇਹ ਲੱਗਦਾ ਕਿ ਕੁਛ ਵੀ ਔਖਾ ਨੀ, ਖਾਸ ਕਰਕੇ ਸਾਡੀਆਂ ਸਰਕਾਰਾਂ ਨੂੰ ਵੀ ਇਹੋ ਜਿਹੀਆਂ ਫਿਲਮਾਂ ਹੈ ਜਿਹੜੀਆਂ ਉਹਨਾਂ ਲਈ, ਮੈਂ ਅੱਜ ਇਹ ਚਾਹੁੰਦੀ ਹਾਂ, ਮੇਰਾ ਸਵੇਰ ਤੋਂ ਹੀ ਦਿਮਾਗ ਚ ਇਹ ਗੱਲ ਆ ਰਹੀ ਸੀ ਕਿ ਸਕੂਲਾਂ ਦੇ ਬੱਚਿਆਂ ਨੂੰ ਕਨਸੈਸ਼ਨ ਦੇਣਾ ਚਾਹੀਦਾ, ਕਿ ਸਕੂਲਾਂ ਦੇ ਬੱਚੇ ਇਥੋਂ ਬਹੁਤ ਕੁਛ ਸਿੱਖਣ, ਨਾ ਕਿ ਉਹ ਨਸ਼ਾ ਚ ਪੈਣ, ਉਹ ਖੇਡਾਂ ਵੱਲ ਪ੍ਰੇਰਿਤ ਹੋਣ। ਸਿੱਖਿਆ ਦਾ ਇੱਕ ਫਿਲਮ ਹੈ, ਉਹਨਾਂ ਨੂੰ ਸਕੂਲਾਂ ਦੇ ਬੱਚਿਆਂ ਨੂੰ ਦਿਖਾਉਣ ਦਾ ਪ੍ਰਬੰਧ, ਕਿਉਂਕਿ ਜੇਕਰ ਗੱਲ ਕਰੀਏ ਮਿਲਖਾ ਸਿੰਘ ਵਰਗੀਆਂ ਫਿਲਮਾਂ ਬਣੀਆਂ ਤੇ ਉਸ ਲੈਵਲ ਦੀ ਉੱਪਰ ਹੀ ਮੈਂ ਹਰਜੀਤਾ ਨੂੰ ਦੇਖ ਰਿਹਾ, ਜਿੱਦਾਂ ਕਿ ਬਿਲਕੁਲ ਜੀ ਬਿਲਕੁਲ, ਉਮਰ ਕਿੰਨੀ ਛੋਟੀ ਹੈ ਬੱਚੇ ਦੀ, ਜੀ ਜੀ ਕਿੰਨੀ ਛੋਟੀ ਉਮਰ ਹੈ ਹਜੇ ਪਤਾ ਨਹੀਂ ਇਹਨੇ ਕਿੰਨੀਆਂ ਕਮੱਲਾਂ ਮਾਰਨੀਆਂ। ਬਿਲਕੁਲ ਜੀ ਬਿਲਕੁਲ ਬਿਲਕੁਲ, ਸੋ ਬਿਲਕੁਲ ਸਾਡੀਆਂ ਸਰਕਾਰਾਂ ਨੂੰ ਵੀ ਚਾਹੀਦਾ ਕਿ ਇਹੋ ਜਿਹੀਆਂ ਫਿਲਮਾਂ ਦੇ ਜਿਹੜੇ ਟੈਕਸ ਵੀ ਮਾਫ਼ ਕੀਤੇ ਜਾਣ, ਲੋਕਾਂ ਨੂੰ ਜਿਹੜਾ ਵੱਧ ਤੋਂ ਵੱਧ ਬੱਚਿਆਂ ਨੂੰ ਦਿਖਾਈਆਂ ਜਾਣ, ਖਾਸ ਕਰਕੇ ਸਕੂਲਾਂ ਦੇ ਬੱਚਿਆਂ ਨੂੰ, ਪਲੱਸ ਟੂ ਤੱਕ ਦੇ ਬੱਚਿਆਂ ਲਈ ਤਾਂ ਇਹ ਬਹੁਤ ਹੀ ਜ਼ਰੂਰੀ ਹੈ, ਕਿ ਜਿੱਥੇ ਸਾਡੀਆਂ ਸਰਕਾਰਾਂ ਹੋਰ ਕੁਛ ਇੰਨਾ ਲਾਗੂ ਕਰਦੀਆਂ, ਜ਼ਬਰਦਸਤੀ ਵੀ ਕਰਾਉਂਦੀਆਂ, ਕਿਉਂ ਨਾ ਇੱਕ ਪਾਸੇ ਉਹ ਕਹਿੰਦੇ ਕਿ ਖੇਡਾਂ ਨੂੰ ਪ੍ਰਫੁੱਲਿਤ ਕਰੋ, ਜਾਂ ਬੱਚਿਆਂ, ਜਾਂ ਆਪਾਂ ਨੂੰ ਕਈ ਵਾਰੀ ਲੱਗਦਾ ਵੀ ਗਰੀਬ ਘਰਾਂ ਦੇ ਬੱਚੇ ਕੁਛ ਕਰ ਨੀ ਪਾਉਂਦੇ, ਮੈਨੂੰ ਇਹ ਲੱਗਦਾ ਕਿ ਪੰਜਾਬ ਦੇ ਹਰ ਸਕੂਲ ਨੂੰ ਇਹ ਫਿਲਮ ਦੇਖਣੀ ਚਾਹੀਦੀ ਹੈ, ਤੇ ਸਰਕਾਰਾਂ ਨੂੰ ਆ ਜਿਹੜਾ ਕਨਸੈਸ਼ਨ ਦੇਣਾ ਚਾਹੀਦਾ ਸਕੂਲਾਂ ਨੂੰ,
ਮੈਨੂੰ ਇਹ ਲੱਗਦਾ ਵੀ ਸਾਰੇ ਲੋਕਾਂ ਨੂੰ ਇਹ ਆਵਾਜ਼ ਜ਼ਰੂਰ ਉਠਾਉਣੀ ਚਾਹੀਦੀ ਹੈ, ਸਰਕਾਰ ਦੇ ਕੰਨਾਂ ਤੱਕ ਇਹ ਆਵਾਜ਼ ਪਹੁੰਚਣੀ ਚਾਹੀਦੀ। ਜੀ ਬਿਲਕੁਲ ਗੁਰਪ੍ਰੀਤ ਜੀ, ਜੇਕਰ ਗੱਲ ਕਰੀਏ ਕਿਉਂਕਿ ਕੁਛ ਬਹੁਤ ਥੋੜੇ ਇਹੋ ਜਿਹੇ ਲੋਕ ਨੇ ਹੁੰਦੇ ਨੇ ਜਿਹੜੇ ਆਪਣੇ ਕਰੈਕਟਰ ਦੇ ਵਿੱਚ ਜਿੱਦਾਂ ਤੁਹਾਡਾ ਹੈਗਾ ਜਾਂ ਨਿਰਮਲ ਰਿਸ਼ੀ ਜੀ ਹੈ ਤੇ ਅਨੀਤਾ ਦੇਵਗਨ ਜੀ, ਮਤਲਬ ਜਿਨ੍ਹਾਂ ਨੂੰ ਲੋਕ ਪਸੰਦ ਕਰਦੇ ਆ ਕਿਸੇ ਵੀ ਰੋਲ ਦੇ ਵਿੱਚ ਹੋਣ, ਤੇ ਜਿਹੜੇ ਨਵੀਆਂ ਲੜਕੀਆਂ ਜਿਹੜੇ ਨਵੇਂ ਆਰਟਿਸਟ ਇਸ ਲਾਈਨ ਦੇ ਵਿੱਚ ਆ ਰਹੇ ਆ, ਉਹਨਾਂ ਲਈ ਤੁਸੀਂ ਖਾਸ ਕੀ ਸੁਨੇਹਾ ਦੇਣਾ ਚਾਹੋਗੇ? ਹਾਂਜੀ, ਮੈਨੂੰ ਐ ਲੱਗਦਾ ਵੀ ਕੁਛ ਕਈ ਵਾਰੀ ਨਾ ਦੇਖਦੇ ਹੁੰਦੇ ਸੈੱਟ ਤੇ ਜਾਂ ਕਈ ਵਾਰੀ ਫੋਨ ਆ ਜਾਂਦੇ ਨੇ, ਮੈਨੂੰ ਇਹ ਲੱਗਦਾ ਕਿ ਸਭ ਤੋਂ ਪਹਿਲਾਂ ਤਾਂ ਜਿਹੜੇ ਲੋਕਾਂ ਦੀ ਫਿਲਮਾਂ ਕਰਨੀਆਂ ਉਹਨਾਂ ਨੂੰ ਜਿਹੜੀ ਸਾਡੀ ਲੈਂਗੁਏਜ ਹੈ, ਜਿਹੜੀ ਸਾਡੀ ਪੰਜਾਬੀ ਜ਼ਬਾਨ ਹੈ, ਜੇ ਪੰਜਾਬੀ ਫਿਲਮਾਂ ਕਰਨੀਆਂ ਉਹਨਾਂ ਨੇ ਉਸ ਜ਼ਬਾਨ ਨੂੰ ਪੜ੍ਹਨਾ ਚਾਹੀਦਾ, ਸਾਹਿਤ ਨਾਲ ਜੋੜਨਾ ਚਾਹੀਦਾ, ਕਿਉਂਕਿ ਪ੍ਰੋਨਾਂਸੀਏਸ਼ਨ ਦੀ ਬਹੁਤ ਪ੍ਰੋਬਲਮ ਆ ਰਹੀ ਹੈ, ਜਿਵੇਂ ਨਵੇਂ ਬੱਚੇ ਬੋਲ ਰਹੇ ਨੇ ਉੱਥੇ ਜ਼ੋਰ ਲੱਗਦਾ, ਕਿਉਂਕਿ ਅਸੀਂ ਕੋਈ ਵੀ ਫਿਲਮ ਕਰਨੀ ਹੈ, ਭਾਵੇਂ ਉਹ ਹਿੰਦੀ ਕਰਨੀ ਹੈ, ਭਾਵੇਂ ਪੰਜਾਬੀ ਕਰਨੀ ਹੈ, ਭਾਵੇਂ ਇੰਗਲਿਸ਼ ਮੂਵੀ ਕਰਨੀ ਹੈ, ਜਿੰਨੀ ਦੇਰ ਸਾਡੀ ਉਸ ਫਿਲਮ ਤੇ ਪਕੜ ਨਹੀਂ ਅਸੀਂ ਕੁਛ ਕਰ ਨਹੀਂ ਸਕਦੇ, ਕਿਉਂਕਿ ਅਸੀਂ ਕਈ ਵਾਰੀ ਅਸੀਂ ਬਾਹਰਲੀ ਦਿੱਖ ਤੇ ਜ਼ੋਰ ਲਾ ਦਿੰਦੇ ਹਾਂ, ਅਸੀਂ ਅਸੀਂ ਜਿਹੜੀ ਸਾਡੀ ਸਕ੍ਰਿਪਟ ਹੈ ਜਿੰਨੀ ਦੇਰ ਉਹ ਧੁਰਨ ਅਸੀਂ ਕੰਮ ਨਹੀਂ ਕਰ ਸਕਦੇ, ਇੰਨਾ ਸੌਖਾ ਕੰਮ ਨਹੀਂ, ਇਹ ਬਹੁਤ ਹੀ ਮਿਹਨਤ ਹੈ, ਇਹ ਸਿਰੜ ਹੈ, ਵਧੀਆ ਲੱਗਿਆ ਤੁਹਾਡੇ ਨਾਲ, ਤੁਹਾਡੀਆਂ ਜਿੰਨੀਆਂ ਵੀ ਗੱਲਾਂ ਬਾਤਾਂ ਸੀ ਹੁਣ ਸੁਣੀ ਜਾ ਰਹੇ ਹਾਂ, ਬਹੁਤ ਅੱਛਾ ਲੱਗਿਆ ਤੁਹਾਡਾ ਕਿਰਦਾਰ, ਤੁਹਾਡੇ ਸਾਰੀਆਂ ਚੀਜ਼ਾਂ ਸੁਣ ਕੇ, ਥੈਂਕ ਯੂ ਜੀ। ਜੀ ਸ਼ੁਕਰੀਆ ਜੀ। ਤੇ ਦੂਜੀ ਗੱਲ ਮਤਲਬ ਇਹ ਲੱਗਿਆ ਕਿ ਇੱਕ ਜਿਵੇਂ ਔਰਤ ਘਰੋਂ ਉੱਠ ਕੇ ਬਾਹਰ ਨਿਕਲਦੀ ਹੈਗੀ ਆ ਤਾਂ ਉਹ ਚੰਗੇ ਕੰਮ ਹੀ ਕਰਦੀ ਹੈਗੀ ਹੈ, ਤੇ ਇਹਨਾਂ ਦਾ ਕਿਰਦਾਰ ਵੈਸੇ ਉਹਨਾਂ ਚੀਜ਼ਾਂ ਨੂੰ ਦਰਸਾਉਂਦਾ ਹੈਗਾ ਜੀ। ਤੇ ਸੋ ਕਿਰਨ ਜੀ, ਤੁਸੀਂ ਫਿਲਮ ਦੇਖ ਲਈ ਕਿ ਨਹੀਂ? ਨਹੀਂ, ਹਜੇ ਤਾਂ ਨਹੀਂ ਦੇਖੀ, ਪਰ ਹੁਣ ਲੱਗਦਾ ਕਿ ਦੇਖਣੀ ਚਾਹੀਦੀ ਹੈ, ਜ਼ਰੂਰ ਦੇਖੋ, ਬੱਚਿਆਂ ਨੂੰ ਵੀ ਦਿਖਾਓ। ਜੀ ਜੀ ਹਾਂਜੀ, ਉਹੀ ਕਹਿ ਰਹੀ ਹਾਂ ਕਿ ਹੁਣ ਇੰਨਾ ਮਤਲਬ ਇਹਨਾਂ ਗੱਲਾਂ ਸੁਣ ਕੇ ਮੈਂ ਸੋਚ ਰਿਹਾ ਕਿ ਜ਼ਰੂਰ ਇਹ ਫਿਲਮ ਦੇਖੀ ਜਾਵੇ ਤੇ ਸਾਰਿਆਂ ਨੂੰ ਦੱਸੀ ਜਾਵੇ ਵੀ ਇਹ ਦੇਖੋ ਜੀ, ਤੇ ਬੱਚਿਆਂ ਨੂੰ ਵੀ ਦਿਖਾਈ ਜਾਵੇ। ਤੇ ਬਾਕੀ ਮੈਨੂੰ ਇਹਨਾਂ ਦੇ ਜਿਹੜਾ ਲੌਂਗ ਲੈਫ ਵਿੱਚ ਵੀ ਕਿਰਦਾਰ ਰਿਹਾ, ਬਾਕੀ ਗਿੱਪੀ ਗਰੇਵਾਲ ਜੀ ਨਾਲ ਉਹ ਤਾਈ ਦਾ ਰੋਲ, ਉਹ ਵੀ ਬਹੁਤ ਵਧੀਆ ਲੱਗਿਆ ਸੀਗਾ। ਥੈਂਕ ਯੂ ਜੀ, ਸ਼ੁਕਰੀਆ। ਤੇ ਬਾਕੀ ਗੁਰਪ੍ਰੀਤ ਜੀ, ਮੈਨੂੰ ਲੌਂਗ ਲੈਚ ਜੋ ਕੋਈ ਵੀ ਡਾਇਲੋਗ ਸੁਣਾ ਦੋ ਜੀ। ਗੁਰਪ੍ਰੀਤ ਜੀ, ਤੁਸੀਂ ਰਜਿਸਟਰ ਵੀ ਦੇਖ ਕੇ ਆਓ, ਵੈਰੀ ਗੁੱਡ, ਤੁਸੀਂ ਲੌਂਗ ਲੈਚ ਨੂੰ ਪਸੰਦ ਕੀਤਾ ਤੇ ਹਾਂਜੀ, ਹੁਣ ਮੈਨੂੰ ਦੱਸੋ ਤੁਸੀਂ ਲੌਂਗ ਲੈਚ ਦੇਖੀ ਫਿਲਮ? ਬਿਲਕੁਲ ਹਾਂਜੀ, ਦੱਸੋ ਤੁਹਾਨੂੰ ਕਿਹੜਾ ਡਾਇਲੋਗ ਫਿਰ ਬਹੁਤ ਪਸੰਦ ਆਇਆ, ਮੈਂ ਉਹੀ ਬੋਲ ਦੂੰਗੀ। ਦੇਖੇ ਮੈਨੂੰ ਬਹੁਤ ਜਿਆਦਾ ਵਧੀਆ ਲੱਗਿਆ ਸੀ, ਜਿੱਥੇ ਤੁਸੀਂ ਪੀਤੀ ਹੋਈ ਹੈ ਵੀ ਉਹ ਕਹਿੰਦੇ ਹੋ ਨਾ ਬੋਲਦੇ ਹੋ, ਉਹ ਡਾਇਲੋਗ ਮੈਨੂੰ ਬਹੁਤ ਵਧੀਆ ਲੱਗਿਆ ਸੀਗਾ। ਅੱਛਾ 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 ਅੱਛਾ, ਠੀਕ ਹੈ। ਉਹ ਡਾਇਲੋਗ ਸੀ ਨਾ ਜਿਹੜਾ, ਪਹਿਲਾਂ ਮੈਨੂੰ ਬੜੀ ਹਿਚਕਚਾਹਟ ਹੋਈ ਸੀ ਵੀ ਲੋਕਾਂ ਨੂੰ ਇਹ ਨਾ ਲੱਗੇ ਕਿ ਇੱਕ ਮਾਂ ਦੀ ਦਾਰੂ ਪੀਤੀ ਹੈ, ਪਰ ਉਹਦਾ ਜੇ ਕਿਸੇ ਨੇ ਬਹੁਤ ਡੂੰਘਾਈ ਨਾਲ ਸੋਚਿਆ ਹੋਵੇ, ਉਹਦਾ ਬਹੁਤ ਡੂੰਘਾ ਮੈਸੇਜ ਇਹ ਸੀ ਹਾਂ ਕਿ ਜੇ ਅੱਜ ਘੁੱਟ ਮੈਂ ਪੀ ਲਈ ਤਾਂ ਕੀ ਹੋ ਗਿਆ, ਸਾਰੀ ਜ਼ਿੰਦਗੀ ਮੈਂ ਕੌੜੇ ਘੁੱਟ ਪੀਤੇ ਨੇ ਪੁੱਤ, ਉਹ ਵੀ ਗਰੀਬੀ ਹੋਈ ਮਾਂ ਸੀ। ਹਾਂਜੀ ਹਾਂਜੀ,
ਹਾਂਜੀ ਬਿਲਕੁਲ, ਉਹ ਬਹੁਤ ਵਧੀਆ ਲੱਗਿਆ ਜਦੋਂ ਤੁਸੀਂ ਮੰਜੇ ਤੇ ਬੈਠੇ ਹੋ ਤੇ ਉਹ ਡਾਇਲੌਗ ਨੂੰ ਬੋਲਦੇ ਹੋ ਨਾ, ਉਹ ਬਹੁਤ ਵਧੀਆ ਲੱਗਿਆ ਸੀ ਮੈਨੂੰ। ਮੈਂ ਅੱਜ ਜੇ ਅੱਜ ਮੈਂ ਦੋ ਕੁੱਟ ਪੀਏ, ਸਾਰੀ ਉਮਰ ਜ਼ਿੰਦਗੀ ਦੇ ਕੌੜੇ ਕੁੱਟ ਕੀਤੇ। ਜੀ ਕਿਰਨ ਜੀ, ਸ਼ੁਕਰੀਆ ਜੀ ਕਾਲ ਕਰਨ ਲਈ, ਥੈਂਕ ਯੂ। ਸੋ ਇਹ ਸੀ ਕਿਰਨ ਜੀ ਬਠਿੰਡਾ ਤੋਂ, ਤੇ ਸਾਡੇ ਨਾਲ ਇਸ ਵਕਤ ਜੁੜੇ ਹੋਏ ਨੇ ਗੁਰਪ੍ਰੀਤ ਕੌਰ ਪੰਗੂ ਜੀ, ਜਿਨ੍ਹਾਂ ਨੇ ਹਰਜੀਤਾ ਫਿਲਮ ਦੇ ਵਿੱਚ ਹਰਜੀਤਾ ਦੀ ਮਾਂ ਦਾ ਜਿਹੜਾ ਕਿਰਦਾਰ ਨਿਭਾਇਆ। ਸੋ ਸਮਾਂ ਜਿਹੜਾ 9:29 ਹੋ ਗਏ ਅਤੇ ਲਗਭਗ 1 ਮਿੰਟ ਸਾਡੇ ਕੋਲ ਬਾਕੀ ਹੈ। ਜੇਕਰ ਤੁਸੀਂ ਕੋਈ ਕਾਲ ਕਰਨੀ ਚਾਹੁੰਦੇ ਹੋ ਜਾਂ ਕੋਈ ਸਵਾਲ ਹੈ ਜਿਹੜਾ ਗੁਰਪ੍ਰੀਤ ਜੀ ਕੋਲੋਂ ਪੁੱਛਣਾ ਚਾਹੁੰਦੇ ਹੋ, ਸੋ ਕਾਲ ਇੱਕ ਹੋਰ ਆ ਗਈ ਹੈ ਜੀ, ਆਪਾਂ ਉਹਨਾਂ ਦੀ ਗੱਲ ਸੁਣ ਲਈਏ। ਸਤਿ ਸ਼੍ਰੀ ਅਕਾਲ ਜੀ, 9164 ਤੋਂ ਤੁਸੀਂ ਆਉਂਦੇ ਹੋ ਜੀ। ਫਿਲਮ ਲੌਂਗ ਵਾਲਾ ਮੈਂ ਵੀ ਦੇਖੀ ਸੀ, ਜਦੋਂ ਤੁਸੀਂ ਉਹ ਵਿਜੇ ਟੰਡਨ ਤੁਹਾਡੀ ਪਿੱਛੋਂ ਪਰਾਂਦੀ ਫੜ ਲੈਂਦਾ ਨਾ ਜੀ, ਤੁਸੀਂ ਉਹਨੂੰ ਕਹਿੰਦੇ ਹੋ ਵੀ ਮੈਂ ਤੇ ਇੱਜ਼ਤ ਰੋਟਾ ਦਾ ਦੋਸ਼ ਲਾ ਦੂੰਗੀ, ਮੈਨੂੰ ਬਹੁਤ ਵਧੀਆ ਚੀਜ਼ ਲੱਗਦੀ ਉਹ ਜੀ। ਹਿਸਾਬ ਕਰ ਲਈ ਘਰੇ ਆ ਕੇ ਜੀ, ਉੱਥੇ ਬੋਤਲ ਚੱਕ ਲਈ, ਹਾਂ ਉਹ ਪੈਕਟ ਲਾ ਲਿਆ ਵਿੱਚ ਦੇਖ ਲਈ ਇਹ, ਫਿਰ ਥੋੜਾ ਥੋੜਾ ਦਲੇਰੀ ਦਿਖਾਈ ਹੈ ਵੀ ਸੌ ਦੋ ਲੋੜ ਵਿੱਚ ਜੱਟੀ ਦੇ ਦਰਵਾਜੇ 24 ਘੰਟੇ ਖੁੱਲੇ ਆ। ਸ਼ੀਰਾ ਤੁਹਾਡੇ ਨਾਲ ਜੀ, ਮਹਾਰਾਜ ਤੁਹਾਨੂੰ ਤਰੱਕੀਆਂ ਦੇਵੇ, ਬਹੁਤ ਤੁਹਾਡੇ ਰੋਲ ਵਧੀਆ ਹੋਵੇ ਫਿਲਮ ਜੀ। ਸ਼ੁਕਰੀਆ ਅਮਰਜੀਤ ਜੀ ਕਾਲ ਕਰਨ ਲਈ, ਧੰਨਵਾਦ। ਸੋ ਏਸੀ ਅਮਰਜੀਤ ਜੀ ਬਠਿੰਡਾ ਤੋਂ, ਜਾਂਦੇ ਜਾਂਦੇ ਇੱਕ ਕਾਲ ਹੋਰ ਲੈ ਲਈਏ ਕਿਉਂਕਿ ਕਾਲਰ ਸਾਡੇ ਨਿਰਾਸ਼ ਨਾ ਹੋ ਜਾਣ ਜਾਂਦੇ ਜਾਂਦੇ, ਸੋ ਉਹਨਾਂ ਦੀ ਵੀ ਗੱਲ ਸੁਣ ਲਈਏ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਸਰ ਜੀ, ਕੌਣ ਸਾਹਿਬ ਬੋਲ ਰਹੇ ਜੀ? ਸਰ ਮੈਂ ਮਾਨਸਾ ਤੋਂ ਗੱਲ ਕਰ ਰਿਹਾ ਜੀ, ਅਮਨਪ੍ਰੀਤ ਸਿੰਘ ਜੀ। ਅਮਨਪ੍ਰੀਤ ਜੀ, ਸਰ ਸਭ ਤੋਂ ਪਹਿਲਾਂ ਤਾਂ ਮੈਂ ਪੰਗੂ ਮੈਮ ਨੂੰ ਬਹੁਤ ਬਹੁਤ ਵਧਾਈ ਦਿੰਦਾ ਕਿਉਂਕਿ ਉਹਨਾਂ ਦੇ ਸਾਰੇ ਰੋਲਸ ਬਹੁਤ ਵਧੀਆ ਹੁੰਦੇ ਆ ਜੀ। ਜੀ ਹਾਂਜੀ, ਸ਼ੁਕਰੀਆ ਜੀ, ਸ਼ੁਕਰੀਆ। ਅਸੀਂ ਮਾਨਸਾ ਤੋਂ ਆ ਤਾਂ ਸਾਨੂੰ ਸੁਣ ਕੇ ਇਦਾਂ ਲੱਗਦਾ ਕਿ ਸਾਡਾ ਜੋ ਪਿਓਰ ਮਲਵਈ ਟੱਚ ਆ ਉਹ ਬੜਾ ਸਵਾਦ ਆਉਂਦਾ ਸਾਨੂੰ ਸੁਣਨ ਦੇ ਵਿੱਚ ਜੀ। ਮੈਨੂੰ ਵੀ ਅੱਜ ਜਿਹੜੇ ਸਾਰੇ ਫੋਨ ਆ ਉਹ ਸਾਰੇ ਬਠਿੰਡਾ ਮਾਨਸਾ ਤੋਂ ਆ ਰਹੇ ਨੇ ਕਿਉਂਕਿ ਮੈਂ ਮਾਨਸਾ ਨੂੰ ਵੀ ਆਪਣਾ ਭਰਾ ਹੀ ਮੰਨਦੀ ਹਾਂ ਕਿਉਂਕਿ ਮੈਂ ਮੰਡੀ ਦੇ ਨਾਲ ਕਾਹਨ ਸਿੰਘ ਆਲੇ ਦੀ ਜੰਪਲ ਆ ਤੇ ਮਾਨਸਾ ਦਾ ਨੁਕਤਾ ਚੀਨੀ ਕਰਨੀ ਬੜੀ ਸੌਖੀ ਲੱਗਦੀ ਹੈ ਕਿ ਯਾਰ ਆਹ ਸੀਨ ਏਦਾਂ ਸੀ, ਬਟ ਉਹ ਜਦ ਦੇਖਦੇ ਆ ਕਿ ਉੱਥੇ 20-25 ਜਾਣੇ ਮੌਜੂਦ ਹੁੰਦੇ ਆ ਤੇ ਉਹਨਾਂ ਸਾਹਮਣੇ ਉਹ ਜਿਹੜਾ ਸੀਨ ਕਰਨਾ ਉਹ ਇੱਕ ਆਪਣੇ ਆਪ ਚ ਬਹੁਤ ਵੱਡੀ ਗੱਲ ਹੁੰਦੀ ਹੈ। ਬਿਲਕੁਲ ਬਿਲਕੁਲ ਭਾਗੀ ਆ ਜਿਹੜੇ ਇਹ ਕੰਮ ਚਲੋ ਕਰ ਲੈਣ, ਤੁਹਾਡੇ ਸਾਰਿਆਂ ਦੀਆਂ ਦੁਆਵਾਂ।
ਜੀ ਜੀ ਸੋ ਸਰੋਤਿਆਂ ਨੂੰ ਇਹ ਸਮਝਣਾ ਚਾਹੀਦਾ ਕਿ ਆਪਾਂ ਉਹਨੂੰ ਕ੍ਰਿਟੀਸਾਈਜ਼ ਕਰਨ ਦੀ ਬਜਾਏ ਸਾਰੇ ਜਿਹੜੇ ਕਲਾਕਾਰ ਨੇ ਉਹਨਾਂ ਦਾ ਹੌਸਲਾ ਵਧਾਉਣਾ ਚਾਹੀਦਾ ਕਿ ਬਹੁਤ ਇੱਕ ਟਫ ਕੰਮ ਹੁੰਦਾ ਜੀ। ਸ਼ੁਕਰੀਆ, ਚੰਗੇ ਕੰਮ ਦੀ ਸ਼ਲਾਘਾ ਹੋਣੀ ਚਾਹੀਦੀ ਹੈ। ਬਿਲਕੁਲ ਅਮਰਪ੍ਰੀਤ ਜੀ, ਤੁਸੀਂ ਕਾਲ ਕੀਤੀ, ਬਹੁਤ ਬਹੁਤ ਸ਼ੁਕਰੀਆ ਤੁਹਾਡਾ ਜੀ ਸਰ, ਥੈਂਕ। ਸੋ ਗੁਰਪ੍ਰੀਤ ਜੀ, ਤੁਸੀਂ ਆਪਣਾ ਕੀਮਤੀ ਸਮਾਂ ਰੇਡੀਓ ਪੰਜਾਬ ਟੂਡੇ ਨੂੰ ਦਿੱਤਾ ਤੇ ਉਹਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ। ਥੈਂਕ ਯੂ ਜੀ ਰੇਡੀਓ ਪੰਜਾਬ ਟੂਡੇ ਦਾ ਵੀ, ਕਿਉਂਕਿ ਸੋ ਨਾਲ ਹੀ ਹਰਜੀਤਾ ਲਈ ਬਹੁਤ ਬਹੁਤ ਸ਼ੁਭਕਾਮਨਾਵਾਂ ਤੇ ਤੁਹਾਡੇ ਭਵਿੱਖ ਲਈ ਬਹੁਤ ਬਹੁਤ ਸ਼ੁਭਕਾਮਨਾਵਾਂ। ਹਾਂਜੀ, ਥੈਂਕ ਯੂ ਜੀ, ਥੈਂਕ ਯੂ।